नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। थाना डिलवा के अधीन आते गांव भंडालबेट में अज्ञात व्यक्तियों ने तेजधार हथियारों से नौजवान का किया कत्ल, गत दिनों से था लापता। ऑल इंडिया रबर इंडस्ट्रीज एसोसिएशन की ओर से टेक्निकल सेमिनार का किया गया आयोजन, डॉक्टर समर बंदोपाध्याय मुख्य वक्ता के रूप में हुए शामिल। फिरोजपुर के गांव लीके में मामूली बात को लेकर दो पक्षों में हुई झड़प, जमकर चले ईंट पत्थर। और अब हलचल विस्तार से। थाना डिलवा के अधीन आते भंडालबेट में अज्ञात व्यक्तियों ने तेजधार हथियारों से एक नौजवान का कत्ल कर दिया। मृतक की पहचान 40 वर्षीय मंजीत सिंह निवासी गांव नूरपुर जनुहा के तौर पर हुई है। इस संबंध में जानकारी देते हुए मृतक के भाई सरबजीत सिंह ने बताया कि उसका भाई मिस्त्री का काम करता था और वह गत दिवस से लापता था। जब उन्होंने उसकी तलाश की तो मंजीत सिंह गांव भंडालबेट अस्पताल के नजदीक मृत अवस्था में मिला। वे घटना की सूचना मिलते ही थाना ढिलवा के प्रभारी सुखबीर सिंह घटनास्थल पर पहुंच गए और वहां लगे सीसीटीवी कैमरों की फुटेज की जांच शुरू कर दी। उन्होंने कहा कि मृतक के शव को कब्जे में लेकर पोस्टमार्टम हेतु भिजवा दिया गया है। मौत के असल कारणों का पता पोस्टमार्टम की रिपोर्ट आने के बाद चलेगा। तो वहीं सूत्रों से मिली जानकारी के मुताबिक ये कत्ल प्रेम संबंधों के चलते किया गया है। मरोदी होनी है मेरे साथ ना 45 साल तक होनी है, 45-46 साल तक होनी है। जानकारी तो मिली है उसका कत्ल किवें होया और किना लोग किया गया ਘਰ ਚ ਕਿਵੇਂ ਤੁਹਾਡੇ ਉਹਦਾ ਨਾਲ ਸੰਬੰਧ ਕਿੱਦਾਂ ਦੇ, ਕੋਈ ਕਲੇਸ਼ ਰਹਿੰਦਾ ਸੀਗਾ? ਮੇਰੇ ਨਾਲ ਹੀ ਲੜਿਆ ਸੀਗਾ, ਹੋਰ ਤਾਂ ਕੋਈ ਨਹੀਂ ਸੀ, ਮੈਨੂੰ ਹੀ ਲੜਦਾ ਸੀਗਾ। ਲੜਾਈ ਦੇ ਕੀ ਕਾਰਨ ਸੀਗੇ? ਲੜਾਈ ਦੇ ਇੱਦਾਂ ਨਸ਼ਾ ਪੱਤਾ ਕਰਕੇ ਲੜਦਾ ਸੀਗਾ, ਝਗੜਦਾ ਰਹਿੰਦਾ ਸੀਗਾ। ਪਰਿਵਾਰ ਨੂੰ ਕਿਸੇ 'ਤੇ ਸ਼ੱਕ ਆ? ਨਹੀਂ ਸ਼ੱਕ ਨਹੀਂ ਆ, ਪਰ ਇਹ ਆ ਮੈਨੂੰ ਜ਼ਿਆਦਾ, ਮੈਨੂੰ ਹੀ ਲੜਦਾ ਸੀ, ਮੈਨੂੰ ਹੀ ਲੜ ਕੇ ਘਰੋਂ ਨਿਕਲ ਜਾਂਦਾ ਸੀਗਾ। ਨਹੀਂ ਉਹਨਾਂ ਦਾ ਕਤਲ ਹੋਇਆ ਵਾ, ਤੁਹਾਨੂੰ ਪਰਿਵਾਰ ਨੂੰ ਕਿਸੇ 'ਤੇ ਸ਼ੱਕ ਹੋਵੇ? ਨਹੀਂ ਮੈਨੂੰ ਤਾਂ ਨਹੀਂ, ਪਰਿਵਾਰ ਨੂੰ ਹੁਣ ਪਤਾ ਨਹੀਂ ਹੋਵੇਗਾ ਕਿਸੇ 'ਤੇ, ਤਾਂ ਪਤਾ ਨਹੀਂ ਮੈਨੂੰ, ਕਿਉਂਕਿ ਜਿੱਥੋਂ ਤੱਕ ਮੈਨੂੰ ਆ ਮੈਨੂੰ ਹੀ ਲੜ ਕੇ ਗਿਆ ਵਾ, ਬਾਕੀ ਦਾ ਮੈਨੂੰ ਨਹੀਂ ਕੁਛ ਪਤਾ। ਤੁਹਾਡੇ ਕੋਲ ਕਦੀ ਉਹਨਾਂ ਨੇ ਜ਼ਿਕਰ ਕੀਤਾ ਹੋਵੇ ਵੀ ਮੈਨੂੰ ਫਲਾਣੇ ਬੰਦੇ ਤੋਂ ਡਰ ਆ? ਇੱਦਾਂ ਨਹੀਂ ਮੈਨੂੰ ਨਹੀਂ ਕਦੀ ਕਿਹਾ ਸੀ। ਤੁਹਾਨੂੰ ਅੱਜ ਕਿਵੇਂ ਪਤਾ ਲੱਗਾ? ਅੱਜ ਵੀ ਮੈਨੂੰ ਮਗਰ ਫੋਨ ਗਿਆ ਵਾ, ਮੈਂ ਉੱਥੇ ਲੱਗੀ ਹੋਈ ਫਿਰ ਪੀਲੇ ਫੈਕਟਰੀ 'ਚ ਗਈ, ਮੈਨੂੰ ਉੱਥੇ ਫੋਨ ਗਿਆ ਵਾ ਵੀ ਇੱਦਾਂ ਇੱਦਾਂ ਕਰਕੇ ਕਾਲਾ ਵੜ ਦਿੱਤਾ ਵਾ, ਪਰ ਮੈਨੂੰ ਉੱਥੇ ਵੀ ਸੱਚਾਈ ਨਹੀਂ ਦੱਸੀ। ਉੱਥੋਂ ਮੈਨੂੰ ਉੱਦਾਂ ਹੀ ਕਹਿ ਕੇ ਘੱਲਿਆ ਵੀ ਠੀਕ ਨਹੀਂ ਗਾ, ਤੁਸੀਂ ਗੇਟ ਪਾਸ ਲਓ ਤਾਂ ਘਰੇ ਚੱਲ ਜਾਓ। ਪੁਲਿਸ ਤੋਂ ਕੀ ਮੰਗ ਕਰਦੇ ਆ? ਪੁਲਿਸ ਤੋਂ ਮੈਂ ਇਹੀ ਮੰਗ ਕਰਦੀ ਹਾਂ ਵੀ ਜੋ ਵੀ ਚਲੋ ਹੋਇਆ ਵਾ ਮਾਫ਼ ਕੀਤਾ ਜਾਵੇ, ਵੀ ਮੈਂ ਆਪਣੇ ਛੋਟੇ ਛੋਟੇ ਬੱਚੇ ਪਾਲਦੀ ਹਾਂ, ਮੈਂ ਆਪਣੇ ਕੰਮ ਕਰਕੇ ਬੱਚੇ ਪਾਲਦੀ ਹਾਂ, ਕਿਉਂਕਿ ਮੇਰੇ ਬੱਚੇ ਰੋਲਦੇ ਹੋ ਜਾਣ। ਨਹੀਂ ਜੇ ਤੁਹਾਡਾ ਕੋਈ ਦੋਸ਼ ਹੀ ਨਹੀਂ ਗੇ ਫਿਰ ਤੁਸੀਂ ਮਾਫ਼ੀ ਕਿਸ ਗੱਲ ਦੀ ਮੰਗਦੇ ਹੋ? ਕਿਉਂਕਿ ਮੈਨੂੰ ਪਤਾ ਵਾ ਨਾ, ਫਿਰ ਵੀ ਤੁਹਾਨੂੰ ਪਤਾ ਆ ਜਦੋਂ ਗੱਲ ਝੂਠੀਆਂ ਸੱਚੀਆਂ ਗੱਲਾਂ ਕਈ ਜਾੜ ਕੇ ਤਾਂ ਫਿਰ ਵੀ ਫਸਾ ਹੀ ਦਿੰਦੇ ਆ। ਨਹੀਂ ਇਵੇਂ ਪੁਲਿਸ ਕਿਸੇ ਨਾਲ ਧੱਕਾ ਨਹੀਂ ਕਰਦੀ, ਜੇਕਰ ਤੁਸੀਂ ਤਦ ਕਿਸੇ 'ਤੇ ਸ਼ੱਕ ਹੈ ਤਾਂ ਤੁਸੀਂ ਉਸਦਾ ਨਾਂ ਜਿਹੜਾ ਪੁਲਿਸ ਨੂੰ ਦੱਸ ਸਕਦੇ ਹਾਂ। ਕਰੀਬ ਉਮਰ ਕਰੀਬ 40 ਸਾਲ ਉਹਦੀ ਡੈੱਡ ਬੋਡੀ ਪਈ ਹੈ, ਜਿਸ 'ਤੇ ਅਸੀਂ ਮੈਂ ਆਪਣੀ ਟੀਮ ਨਾਲ ਇੱਥੇ ਪਹੁੰਚਿਆ, ਜਿਸ 'ਤੇ ਪਿੰਡ ਆ ਕੇ ਪਤਾ ਕੀਤਾ ਵੀ ਇਹ ਮਨਜੀਤ ਸਿੰਘ ਸਨ ਉਹ ਗੁਰਨਾਮ ਸਿੰਘ ਜਿਹੜਾ ਪਿੰਡ ਨੂਰਪੁਰ ਜਨੂਆ ਉੱਥੋਂ ਦਾ ਰਹਿਣ ਵਾਲਾ, ਇਹਦੇ ਸਰੀਰ 'ਤੇ ਕਾਫੀ ਸੱਟਾਂ ਵੱਜੀਆਂ ਨੇ, ਲੱਗਦਾ ਜਿਵੇਂ ਕਿਸੇ ਨੇ ਕਤਲ ਕੀਤਾ, ਅਤੇ ਅਸੀਂ ਇਹਦਾ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਵੱਖ ਵੱਖ ਧਾਰਾਵਾਂ ਤਹਿਤ ਬਣਦੀ ਜਿਹੜੀ FIR ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਅਤੇ ਤਫਤੀਸ਼ ਕਰਕੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਊਗਾ। ਕਤਲ ਦੇ ਕਾਰਨ ਕੁਝ ਸਾਹਮਣੇ ਆਏ?
ਦੇਖੋ ਹਲੇ ਇਹਦੀ ਤਫਤੀਸ਼ ਜਾਰੀ ਹੈ, ਉਹ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਕੇ ਅਗਲੀ ਕਾਰਵਾਈ ਕਰਾਂਗੇ। ਆਜ ਕੇ ਮਾਹੌਲ ਮੇਂ ਕਿਸ ਤਰ੍ਹਾਂ ਇਨਸਾਨ ਇੱਕ ਦੂਸਰੇ ਕਾ ਜਾਨੀ ਦੁਸ਼ਮਨ ਬਨ ਗਿਆ ਹੈ, ਇਸਕਾ ਤਾਜ਼ਾ ਮਾਮਲਾ ਦੇਖਨੇ ਕੋ ਮਿਲਾ ਫਿਰੋਜ਼ਪੁਰ ਕੇ ਗਾਂਵ ਇਲਾਕੇ ਮੇਂ, ਜਹਾਂ ਗਲੀ ਮੇਂ ਸੇ ਗੁਜ਼ਰਨੇ ਕੇ ਕਾਰਨ ਮਾਮੂਲੀ ਸੀ ਬਾਤ ਕੋ ਲੇਕਰ ਵਿਵਾਦ ਹੋ ਗਿਆ ਔਰ ਬਹਿਸਬਾਜ਼ੀ ਕੇ ਬਾਅਦ ਜਮਕਰ ਈਂਟ ਪੱਥਰ ਤੱਕ ਚਲੀ। ਇਸ ਦੌਰਾਨ ਦੋਨੋਂ ਪਕਸ਼ ਇੱਕ ਦੂਸਰੇ ਕੇ ਖੂਨ ਕੇ ਪਿਆਸੇ ਹੋ ਗਏ। ਇਸ ਦੌਰਾਨ ਦੋਨੋਂ ਪਕਸ਼ੋਂ ਨੇ ਇੱਕ ਦੂਸਰੇ ਪਰ ਆਰੋਪ ਪ੍ਰਤਿਆਰੋਪ ਲਗਾਤੇ ਹੋਏ ਕਿਹਾ ਕਿ ਉਹਨੇ ਉਨਕੇ ਸਮਾਨ ਕੀ ਤੋੜਫੋੜ ਕੀ ਹੈ, ਜਿਸ ਕਾਰਨ ਇਹ ਲੜਾਈ ਹੋਈ, ਜਿਸਕੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸਮੇਂ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਦੋਨੋਂ ਪਕਸ਼ੋਂ ਨੇ ਇੱਕ ਦੂਸਰੇ ਪਰ ਈਂਟੇ ਬਰਸਾਈ ਔਰ ਜਮਕਰ ਗਾਲੀ ਉਲੋਚ ਕੀਆ। ਵੀ ਘਟਨਾ ਕੀ ਸੂਚਨਾ ਪੁਲਿਸ ਕੋ ਦੇ ਦੀ ਗਈ। ਉਹ ਮੇਰਾ ਬੇਟਾ ਜੀ ਬਿਮਾਰ ਹੈ ਤੇ ਇੱਕ ਉਂਝ ਨਹੀਂ ਠੀਕ ਰਹਿੰਦਾ ਤੇ ਇੱਕ ਸ਼ਹਿਰ ਰਹਿੰਦਾ, ਉਹ ਤਾਂ ਸਾਡੇ ਕੋਲ ਰਹਿੰਦਾ ਹੀ ਨੀਗਾ। ਮੇਰੇ ਘਰ ਵਾਲਾ ਵੀ ਮਰਿਆ ਹੋਇਆ, ਅੱਗੇ ਵੀ ਇਹਨਾਂ ਸਾਡਾ ਇੱਕ ਬੰਦਾ ਮਾਰਿਆ ਹੋਇਆ, ਕਤਲ ਕੀਤਾ ਸੀ। ਇਹਨਾਂ ਨੂੰ ਹੋ ਗਿਆ ਮਾਫ, ਹੁਣ ਫੇਰ ਦੁਬਾਰੇ ਰਿਸ਼ਤੇਦਾਰ ਸੱਦੇ, ਉਹ ਮੁੰਡਾ ਗਿਆ ਕੰਮ ਤੇ ਉੱਥੇ ਢਿੱਲਾ ਹੋ ਗਿਆ, ਉੱਥੋਂ ਲੈਣ ਗਏ ਨੇ ਤੇ ਅੱਗੋ ਇਹ ਗਾਲ ਪਾਏ ਗਏ ਨੇ, ਫੇਰ ਕੁੱਟਮਾਰ ਕੀਤੀ। ਹਾਂ ਕੁੱਟਮਾਰ ਕੀਤੀ, ਇਹ ਕਹਿੰਦੇ ਨੇ ਗਲੀਆਂ ਚ ਫਿਰਦੇ, ਅਸੀਂ ਮੁੰਡਾ ਲੈ ਕੇ ਭੱਜੇ ਫਿਰਨੇ ਆਪਦਾ, ਮੇਰਾ ਮੁੰਡਾ ਇੰਨਾ ਤਿਹਾਰਾ ਪਿੰਡ ਦੇ ਵਿੱਚ ਚਿੱਟਾ ਰੋਡ ਵਿੱਚ ਲਾਏ ਜੀ, ਬਹੁਤ ਜ਼ਿਆਦਾ ਚਲਾਏ ਨੇ ਗਲੀ ਚ। ਇਹ ਸਾਨੂੰ ਇਹਨਾਂ ਦਾ ਖਤਰਾ ਹੀ ਖਤਰਾ ਹੈ, ਇਹਨਾਂ ਦੇ ਖੂਨ ਮੂੰਹ ਲੱਗਾ ਹੈ ਕਿ ਇਹ ਸਾਡੇ ਹਰ ਬੰਦੇ ਦੇ ਗਾਲ ਪੈਂਦੇ ਤੇ ਇੱਕ ਬੰਦੇ ਮਾਰਦੇ, ਨਾਲ ਬੁੜੀਆਂ ਰਲ ਜਾਂਦੀਆਂ ਨੇ, ਸਰਪੰਚ ਤੇ ਸਰਪੰਚ ਬੰਦੇ ਮਰਾਉਂਦਾ ਬਾਅਦ ਸਾਬਕਾ। ਹਾਂਜੀ ਅੱਛਾ, ਉਹ ਜਾਣ ਕਰ ਲਈ ਚਾਹੀਦੀ, ਹੁਣ ਜਾਂਚ ਹੋਣੀ ਚਾਹੀਦੀ ਬਿਲਕੁਲ। ਭਾਈ ਜੀ ਫੋਨ ਤੋੜਦੇ ਇਹ ਕਿੰਨੇ 5-7 ਜਣੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਨੇ, ਇਹ 4 ਜਣੇ ਨੇ ਮੁੰਡੇ, ਕਿਸ ਚੱਕਰ ਦਵਾਈ ਲੈ ਕੇ ਲਗੇ ਆ ਰਹੇ ਨੇ, ਕਿਹਨੂੰ ਲਾਭ ਦੇ ਦੇ, ਅਸੀਂ ਦੋ ਜਣੇ ਹੀ ਕਾਰਤੀ ਬੁੱਢੀ ਤੇ ਮੈਂ, ਦੋਨੇ ਘਰੇ ਸੀ, ਹੋਰ ਕੋਈ ਸਾਡਾ ਜੀਵ ਕੋਣੀ ਸੀ। ਜਦੋਂ ਇਹ ਆਏ ਨੇ ਇਹਨਾਂ ਨੇ, ਫਿਰ ਜੋ ਤੀਜੀ ਵਾਰੀ ਦੇ ਆਏ ਨੇ ਤੇ ਸਾਡੇ ਗੱਲ ਪੈ ਗਏ ਨੇ, ਬਾਹਰ ਇੱਟ ਰੋੜਾ ਵੇ ਸਾਡੇ, ਦੋ ਫਰਿੱਜਾਂ ਟੁੱਟ ਗਿਆ, ਜੇ ਕੀ ਇਹਨਾਂ ਨੂੰ ਏਸੀਆਂ ਦੇ ਜੀ ਪੱਖੇ ਭੰਨ ਗਏ ਨੇ, ਲੋਕਾਂ ਦੀਆਂ ਟੈਂਕੀਆਂ ਟੁੱਟ ਰਹੀਆਂ ਨੇ, ਸਾਡੇ ਆ ਸ਼ੀਸ਼ੇ ਟੁੱਟੇ ਪਏ ਨੇ, ਆ ਸ਼ੀਸ਼ੇ ਟੁੱਟੇ ਪਏ ਸਾਡੇ। ਇਹ ਬੰਦਿਆਂ ਨੇ ਅੱਗੇ ਵੀ ਇੱਥੇ ਬਹੁਤ ਵਾਰਦਾਤਾਂ, ਤੀਜੀ ਵਾਰ ਪਿੰਡ ਚ ਹੁਣ ਪੰਚਾਇਤ ਇਕੱਠੀ ਹੋਈ ਹੈ, ਇਹਨਾਂ ਨੇ ਅੱਗੇ ਬਹੁਤ ਤੀਜੀ ਵਾਰ ਵਾਰਦਾਤ ਕੀਤੀ, ਅੱਗੇ ਰਾਵਾਂ ਸਿੱਖਾਂ ਨਾਲ ਲੜਾਈ ਹੋਈ ਹੈ, ਉਦੋਂ ਵੀ ਇਹਨਾਂ ਨੇ ਇੱਥੇ ਬਹੁਤ ਵਾਰਦਾਤ ਕੀਤੀ ਸੀ। ਇਹ ਬਹੁਤ ਮਤਲਬ ਵੀ ਮਛਰੇ ਹੋਏ ਨੇ। ਉਸ ਰੰਜਿਸ਼ ਨਾਲ ਇਹ ਬੰਦੇ ਜਿਹੜੇ ਪਾਸੋਂ ਮੰਗਾਏ ਸੀ, ਇਹ ਮੁੰਡੇ ਨੂੰ ਵੇਚਦੇ ਸੀ, ਇਹ ਮੁੰਡਾ ਬਾਹਰ ਪੈਰੀ ਤੇ ਫਿਰਦਾ ਸੀ, ਇਹਨੂੰ ਨੀ ਪਤਾ ਹੈਗਾ ਵੀ ਮੈਨੂੰ ਕਿੱਥੇ ਫਿਰਦੇ ਨੇ ਪਿੰਡ ਦੇ ਬੰਦੇ ਜਿਹੜੇ ਨਾ ਜਾਊਂਗਾ, ਜੇ ਮੇਰੀ ਕੋਈ ਗੱਲ ਸੁਣੀ ਤੇ ਮੈਂ ਗੱਲ ਕਰੂੰਗਾ, ਅੱਗੇ ਨਾ ਹੋਈ ਤੇ ਮੈਂ ਕਿਸੇ ਦੀ ਗੱਲ ਨਹੀਂ ਮੰਨਣਾ। ਅਸੀਂ ਇਹ ਜਿਹੜਾ ਵਾਰਦਾਤਾਂ ਰੋਜ਼ ਰੋਜ਼ ਕਰਦੇ ਨੇ, ਅਸੀਂ ਨਹੀਂ ਹੁੰਦੇ, ਇਹ ਜਿਹੜੀਆਂ ਵਾਰਦਾਤਾਂ ਨੇ ਗਲਤ ਕਰਦੇ ਨੇ, ਗਲਤ ਸਟੈਪ ਚੁੱਕਦੇ ਨੇ, ਇਹਨਾਂ ਦੇ ਹੱਥ ਜਿਹੜੇ ਨੇ ਖੁੱਖੇ ਡਲੇ ਨੇ ਸਰਕਾਰ ਦੇ ਨਾਲ। ਰਮਨਦੀਪ ਜਿਹੜੀ ਇਹ ਲੜਾਈ ਹੋਈ, ਤੁਹਾਡੇ ਤੇ ਆਰੋਪ ਲੱਗ ਰਹੇ ਨੇ, ਕਿਹਨਾਂ ਮੁੰਡਿਆਂ ਦੇ ਲੱਗ ਰਹੇ, ਤੁਹਾਡੇ ਮੁੰਡਿਆਂ ਦੇ?
ਇਹ ਮੇਰੇ ਭਰਾ ਨੇ, ਇਹ ਲੰਘਣ ਲੱਗੇ ਤੇ ਇਹਨਾਂ ਲੰਘਣ ਨਹੀਂ ਸੀ ਦੇਂਦਾ। ਸਕੂਲ ਦਾ ਟਾਪਾ ਪਹਿਲਾਂ ਟੁੱਟਾ ਪਿਆ ਸੀ, ਇਹਨਾਂ 2000 ਰੁਪਇਆ ਵੀ ਦੇ ਦਿੱਤਾ। ਉਹਨਾਂ ਪਲਾਨ ਬਰਾ ਸੀ ਮੁੰਡੇ ਸਾਡੇ ਹਥਿਆਰ ਲੈ ਕੇ ਪਹਿਲਾਂ ਬੈਠਾ ਸੀ, ਤੇ ਫਿਰ ਉਸ ਮੌਕੇ ਦੇ ਟਾਈਮ ਤੇ ਨਾ ਅਸੀਂ ਮੁੰਡਿਆਂ ਨੂੰ ਨਾ ਵੀ ਆਪਣੇ ਆਪ ਨੂੰ ਬਚਾਇਆ, ਇਹਨਾਂ ਕਮਰਿਆਂ ਤੇ ਟਾਂ ਰੋੜੇ ਚਾਰ ਲੱਖ ਚੜ ਕੇ ਮੈਂ ਮੁੰਡੇ ਨੂੰ ਘਰੇ ਖਿੱਚ ਲਿਆ। ਕੁੱਟਮਾਰ ਕੀਤੀ? ਹਾਂ, ਇਹਨਾਂ ਕੁੱਟਮਾਰ ਕੀਤੀ, ਬੱਚਿਆਂ ਨੂੰ ਵੀ, ਬੁੜੀਆਂ ਨੂੰ ਵੀ, ਘਰੇ ਕੋਈ ਜੀ ਨਹੀਂ ਸੀ। ਤੁਹਾਡੇ ਤੇ ਝੂਠੇ ਆਰੋਪ ਲਾ ਦਿੱਤੇ, ਝੂਠੇ ਜਲਾਮ ਲਾ ਦਿੱਤੇ। ਤੇ ਮੋਟਰਸਾਈਕਲ ਸਾਡੇ ਦੋ ਪਾਸ ਤੇ ਸਾਡਾ ਫੋਨ ਭੰਨ ਦਿੱਤਾ, ਇਹਨਾਂ ਡਾਂਗ ਮਾਰ ਕੇ 28000। ਹੁਣ ਜਾਂਚ ਹੋਣੀ ਚਾਹੀਦੀ ਨਹੀਂ? ਜਾਂਚ ਹੋਣੀ ਚਾਹੀਦੀ, ਪੁਲਿਸ ਨੂੰ ਘਰ ਵੇਲੇ ਨਿਕਲ ਜਾਂਦਾ, ਸਿਆਣਾ ਪਿਆਣਾ ਬੰਦਾ ਹੈ। ਤੇ ਕੀ ਹੋਈ ਭੰਨ ਤੋੜ, ਕੀ ਹੋਇਆ ਭੰਨ ਤੋੜ? ਸਾਡੇ ਜੀ ਬਹੁਤ ਵੇਖ ਵੀ ਬੁੱਢਾ ਬੁੱਢੀ ਹੈਗੇ ਸੀ, ਇਹ ਘਰੇ ਵੀ ਮੇਰਾ ਨਨਾਣਵਈਆ ਵੀ ਲੱਗਦਾ ਹੈ, ਮੈਂ ਮੁੰਡਾ ਵੀ ਘਰ ਜਵਾਈ ਇਹਨਾਂ ਰੱਖਿਆ ਹੋਇਆ, ਤੇ ਉਹ ਬਾਹਰ ਪੈਲੀ ਤੇ ਸੀ ਤੇ ਬੁੱਢਾ ਬੁੱਢੀ ਦੋਵੇਂ ਦੁਕਾਨ ਤੇ ਸੀ, ਤੇ ਦੁਕਾਨ ਤੋਂ ਆ ਕੇ ਵੀ ਇਹਨਾਂ ਦੇ ਗੱਲ ਗੁਲ ਪੈ ਗਏ ਨੇ, ਚੰਗਾ ਕੰਮ ਥੋੜੀ ਹੈ। ਭੰਨ ਤੋੜ ਵੀ ਕੀਤੀ? ਭੰਨ ਤੋੜੀ ਬਹੁਤ ਕੀਤੀ। ਇੱਟਾਂ ਰੋੜੇ ਚੱਲੇ? ਹਾਂ, ਇੱਟਾਂ ਰੋੜੇ ਚੱਲੇ। ਜ਼ਖਮੀ ਕਿੰਨੇ ਹੋਏ? ਹਾਂ, ਜ਼ਖਮੀ ਮੇਰੇ ਮੁੰਡੇ ਦੀ ਸੱਟ ਲੱਗੀ। ਸੱਟ ਲੱਗੀ? ਹਾਂ, ਪੈਰ। ਸਰਕਾਰ ਵੀ ਹੋਣੀ ਚਾਹੀਦੀ। ਹਾਂ, ਇੱਟਾਂ ਰੋੜੇ ਚਲਾਉਂਦੇ ਰਹੇ। ऑल इंडिया रबर इंडस्ट्रीज एसोसिएशन की ओर से कंपाउंडिंग टेक्नोलॉजी पर टेक्निकल सेमिनार का आयोजन जालंधर के एक निजी होटल में किया गया, जिसमें डॉक्टर समर बंदोपाध्याय ने मुख्य वक्ता के रूप में शामिल होकर अपने अनुभवों को उद्योगपतियों के साथ साझा किया। इस मौके पर विधायक बाबा हेनरी भी विशेष रूप से शामिल हुई। इस अवसर पर AIRIA के नॉर्दर्न रीजन के वाइस चेयरमैन एवं मैनेजिंग कमेटी के सदस्य निपुण जैन, अंशु छाबड़ा, राजीव पांडे सहित अन्य सदस्यगण भी मौजूद रहे। जालंधर से हलचल के लिए कैमरामैन कुलदीप सिंह की रिपोर्ट। मैं मुबारकबाद देना चाहना हैगा ऑल इंडिया रबर इंडस्ट्री एसोसीएशन दे सारे पदाधिकारियों नू, एंड खास करके जिहड़े डेलीगेट्स हिंदुस्तान दे वख-वख थावां तों अज इस पहली कन्वेंशन जिहड़ी जालंधर दे विच हो रही हैगी है, ਉਹਦੇ ਵਿੱਚ ਜਿਨ੍ਹਾਂ ਨੇ ਆ ਕੇ ਸ਼ਮੂਲੀਅਤ ਕੀਤੀ ਹੈ, ਪਹਿਲਾਂ ਤਾਂ ਉਹਨਾਂ ਨੂੰ ਜਲੰਧਰ ਵੱਲੋਂ ਆਪਣੀ ਐਸੋਸੀਏਸ਼ਨ ਵੱਲੋਂ ਜੀ ਆਇਆ ਆਖਦਾ, ਅਤੇ ਖਾਸ ਕਰਕੇ ਸ਼੍ਰੀ ਨਿਪੁੰਨ ਜੈਨ ਜੀ ਜਿਨ੍ਹਾਂ ਨੇ ਇਹ ਕਨਵੈਨਸ਼ਨ ਮਿੱਥੀ ਅਤੇ ਅੱਜ ਬਹੁਤ ਹੀ ਸਕਸੈਸਫੁਲ ਤਰੀਕੇ ਦੇ ਨਾਲ ਉਹਨੂੰ ਪੂਰਾ ਕਰ ਰਹੇ ਹੈਗੇ ਆ, ਇਹਨਾਂ ਦੇ ਅਤੇ ਇਹਨਾਂ ਦੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਵੀ ਕਰਦਾ ਅਤੇ ਮੁਬਾਰਕਬਾਦ ਵੀ ਦਿੰਦਾ। ਖਾਸ ਕਰਕੇ ਜਲੰਧਰ ਜਿਹੜੀ ਕਿ ਬੜੇ ਲੰਬੇ ਸਮੇਂ ਤੋਂ ਰਬਰ ਇੰਡਸਟਰੀ ਅਤੇ ਰਬਰ ਪ੍ਰੋਡਕਟਸ ਦੀ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਇੱਕ ਇੰਡਸਟਰੀ ਅਤੇ ਹੱਬ ਬਣੀ ਹੋਈ ਹੈ, ਅੱਜ ਉਹਦੇ ਵਾਸਤੇ ਇਹ ਜਿਹੜੀ ਕਨਵੈਨਸ਼ਨ ਹੈ ਇਹ ਬਹੁਤ ਹੀ ਵਧੀਆ ਹੈਗੀ ਹੈ ਅਤੇ ਇਹ ਲਾਭਦਾਇਕ ਹੋਊਗੀ। ਤਾਂ ਮੈਂ ਫਿਰ ਪਰਮਾਤਮਾ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਕਿ ਸਾਡੇ ਇੰਡਸਟਰੀਅਲਿਸਟ ਸਾਹਿਬਾਨ, ਉਹਨਾਂ ਦੇ ਵਰਕਰ ਸਾਹਿਬਾਨ ਅਤੇ ਸਾਰੇ ਜਿਹੜੇ ਹੈ ਉਹ ਉੱਨਤੀ ਦੀ ਰਾਹ 'ਤੇ ਚੱਲੇ ਅਤੇ ਇਹ ਕਨਵੈਨਸ਼ਨ ਉਹਨਾਂ ਨੂੰ ਹੈਲਪ ਕਰੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ 28 ਮਈ ਕੋ ਤਪਤੀ ਧੂਪ ਮੈਂ ਜਲੰਧਰ ਕੇ ਫਾਰਚੂਨ ITC होटल में ऑल इंडिया रबर इंडस्ट्रीज़ के नॉर्दर्न रीजन के वाइस चेयरमैन निपुण जी की अध्यक्षता में यहाँ एक टेक्निकल सेमिनार हम लोग करने आए हैं। मैं अश्विनी सरीन दिल्ली से आया हूँ और मेरे साथ ही विपुल मेहता भी दिल्ली से आए हैं, मेरा बेटा अंशुल सरीन भी आया है। जलंधर जो है ये रबर का हब है, लेकिन टेक्नोलॉजी आज की डेट में इतनी बदल रही है तो सबको ज्ञान देने के लिए कि अब कैसी टेक्नोलॉजी है और आगे हमें संसार में लोगों से कम्पीट करने के लिए कैसे आगे बढ़ना चाहिए, मैं आज यहाँ के उद्यमियों को ये डॉक्टर समर बंदोपाध्याय की अध्यक्षता में, जो वो एक एमिनेंट स्पीकर हैं, इनका 32 साल का एक्सपीरियंस है, उनको लेके आया हूँ, जिससे कि यहाँ लोगों को ज्ञान बटे और हमारी इंडस्ट्री जो है आगे बढ़े,
हम एम्प्लॉयमेंट दे सकें, हम गवर्नमेंट को रेवेन्यू दे सकें, और साथ के साथ जो हमारे मेंबर्स नहीं हैं, नॉन मेंबर्स हैं, जिनको अभी ये इन चीज़ों का मालूम नहीं है कि एक ऑल इंडिया अर्बन इंडस्ट्रीज एसोसिएशन जो है वो इस तरह के ज्ञान बांटती है और इस तरह से मदद करती है, उनकी बातें गवर्नमेंट तक पहुँचाती है, उनको सहूलियत से देती है, सहूलियतें दिलवाती है MSME से। तो मेरा अनुरोध ये है कि जो मेंबर्स नहीं बने हुए हैं वो मेंबर्स बन जाएं, और इस तरह से आपके ज़रूरत के मुताबिक हम जो है ये प्रोग्राम्स जो हैं आपके लिए हम तत्पर करते रहेंगे, जो सब लोगों के फ़ायदे में आएगा। मैं विपिन मेहता आरडीआर रबर इंडस्ट्रीज एसोसिएशन दिल्ली की तरफ से रिप्रेजेंट कर रहा हूँ। आज यहाँ पे जलंधर में रबर कंपाउंडिंग पे एक सेमिनार किया गया, जिसमें मिस्टर समर बंदोपाध्याय जी ने बहुत सी ऐसी रबर के बारे में चीज़ें बताई जो कि रबर इंडस्ट्री के लिए बहुत ही फ्रूटफुल होंगी। रबर इंडस्ट्री जलंधर के काफ़ी मैन्युफैक्चरर ने आज ये सेमिनार अटेंड किया, और मैं समझता हूँ कि इस सेमिनार से उनको काफ़ी नॉलेज गेन होगी, जो कि वो अपने प्रोडक्ट्स को बेटर बनाने के लिए यूज़ कर पाएंगे। फुटवियर में BIS भी लगा दिया गया है, उसके लिए जो भी इम्प्रूवमेंट्स करनी है हमें प्रोडक्ट्स में, उसके बारे में भी अब हम लोगों को ये सब ज्ञान होना बहुत ज़रूरी था, इसलिए ये सेमिनार बहुत ही यूज़फुल रहेगा। और मैं चाहूँगा कि जलंधर रबर मैन्युफैक्चरर्स इस तरह के सेमिनार्स बार बार करवाएं और ऑल इंडिया रबर इंडस्ट्रीज एसोसिएशन का भरपूर फ़ायदा उठाएं। आज जलंधर दे विच होटल फॉर्चून दे विच ऑल इंडिया रबर इंडस्ट्रीज एसोसिएशन वालों एक टेक्निकल सेमिनार किया जा रहा है कंपाउंडिंग ते ईवा ते सिंथेटिक रबर ते। डॉक्टर चक्रवर्ती जी जयपुर तो आए ने, यह फस्ट सैमीनार जलंधर किया जा रहा है, और यह ऑल इंडिया रबर इंडस्ट्रीज एसोसिएशन तो दिल्ली तो अश्विनी सरीन जी, विपिन मेहता जी, HK पावा जी, इस सारे आए ने, मैं साड़ी सारी टीम आई है, और साढ़े चीफ गेस्ट श्री बावा जी हैनरी उन्होंने इनू इनैगोरेट किया है। ये सैमीनार जरा सवेरे 10:30 तो लैके 3 बजे तक चलेगा। ये ऑलमोस्ट असी 100 के कोल रजिस्ट्रेशन सानू हो गई हुई हैं। इन्नी गर्मी दे विच और इन्नी 46 डिग्री टैंपरेचर दे विच भी लोगों ने डॉक्टर साहब नू सुनने की पूरी दिलचस्पी ने पूरा सुन रहे ने, और ये सैमीनार असी अगे कॉन्टीन्यू करते रहेंगे। प्रसिद्ध पंजाबी गायक पम्मी बाई सचखंड श्री हरिमंदिर साहिब में नतमस्तक होने के लिए पहुंचे। इस दौरान उन्होंने गुरु घर में माथा टेक सरबत के भले की अरदास की, तो वहीं पवित्र गुरुवाणी का श्रवण भी किया। इस मौके पर पत्रकारों से बातचीत करते हुए पम्मी बाई ने कहा कि वे जब भी कोई नया काम शुरू करते हैं तो वे गुरु महाराज जी का आशीर्वाद लेने के लिए ज़रूर आते हैं। देखो, मेरी खुशकिस्मती है, मैं जदों कदे भी कोई नवा काम शुरू करदा तो मैनू चेचे सचे पातशाह इत्थे लाया हुंदा है। तो हुण एक नवा गाना है जो असीं रीमेक कीता है फोक नूं, ਅਤੇ ਉਹਦੇ ਸ਼ੂਟਿੰਗ ਸੰਬੰਧੀ ਮੈਂ ਸੱਚੇ ਪਾਤਸ਼ਾਹ ਦੇ ਇਸ ਦਰਬਾਰ 'ਚੋਂ, ਇਸ ਸੱਚਖੰਡ ਤੋਂ
ਅਰਦਾਸ ਕਰਨ ਆਉਂਦਾ ਹੁੰਦਾ ਹਮੇਸ਼ਾ ਹੀ। ਜਦੋਂ ਕੋਈ ਵੀ ਮੈਂ ਨਵਾਂ ਕੰਮ ਸ਼ੁਰੂ ਕਰਾਂ, ਨਵੇਂ ਬੈਂਡ ਦਾ ਹੁਣ ਕੰਮ ਸ਼ੁਰੂ ਕਰਨ ਜਾ ਰਿਹਾ, ਨਵੇਂ ਗਾਣੇ ਲਾਂਚ ਕਰਨ ਜਾ ਰਿਹਾ, ਸੋ ਆਸ਼ੀਰਵਾਦ ਲੈਣਾ ਉਹਨਾਂ, ਥਾਪੜਾ ਲੈਣਾ ਉਹਨਾਂ, ਅਤੇ ਨਾਲ ਨਾਲ ਇਸ ਬਹਾਨੇ ਇੱਥੇ ਜਿੰਨੇ ਮੇਰੇ ਮਿੱਤਰ ਸੱਜਣ ਨੇ ਅੰਮ੍ਰਿਤਸਰ 'ਚ ਰਹਿੰਦੇ, ਉਹਨਾਂ ਨੂੰ ਮਿਲਣ ਦਾ ਵੀ ਸਬੱਬ ਪੈਦਾ ਹੋ ਜਾਂਦਾ ਹੈ। ਸੋ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਦਾ ਕਿ ਮੇਰੇ 'ਤੇ ਰਹਿਮਤ ਉਹਨਾਂ ਨੇ ਰੱਖੀ ਹੋਈ ਹੈ। ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ? ਸਰੋਤਿਆਂ ਨੂੰ ਤਾਂ ਮੈਂ ਇਹੀ ਕਹਾਂਗਾ ਕਿ ਵੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰੋ, ਅਤੇ ਜਿਹੜੇ ਕਲਾਕਾਰ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਜ਼ਬਾਨ ਲਈ ਕੰਮ ਕਰਦੇ ਨੇ ਉਹਨਾਂ ਨੂੰ ਮੁਹੱਬਤ ਕਰੋ, ਉਹਨਾਂ ਨੂੰ ਪ੍ਰਮੋਟ ਕਰੋ। ਜਿੰਨੀਆਂ ਮਾੜੀਆਂ ਅਤੇ ਘਟੀਆ ਗੱਲਾਂ ਨੇ ਉਹਨਾਂ ਨੂੰ ਘੱਟ ਸ਼ੇਅਰ ਕਰੋ, ਜਿਹੜੀਆਂ ਕੋਈ ਚੰਗੀਆਂ ਨੇ ਦੁਨਿਆਵੀ ਤੌਰ ਦੇ ਉੱਤੇ ਚੰਗੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਿਆ ਕਰੋ ਤਾਂ ਕਿ ਉਹ ਦੂਰ ਤੱਕ ਪਹੁੰਚ ਸਕਣ, ਅਤੇ ਐਵੇਂ ਮਾੜੀਆਂ ਵੀਡੀਓ ਨੂੰ ਵਾਇਰਲ ਨਾ ਕਰਿਆ ਕਰੋ। ਸੋ ਬਾਕੀ ਪੰਜਾਬੀ ਸਰੋਤੇ ਆਪਣੇ ਆਪ 'ਚ ਬਹੁਤ ਸਿਆਣੇ ਨੇ, ਅਤੇ ਮੈਂ ਬੜਾ ਧੰਨਵਾਦੀ ਹਾਂ ਸਾਰੇ ਸਮੁੱਚੇ ਪੰਜਾਬੀਆਂ ਦਾ, ਪੂਰੇ ਵਿਸ਼ਵ 'ਚ ਵੱਸਦੇ ਪੰਜਾਬੀਆਂ ਦਾ, ਜਿਨ੍ਹਾਂ ਨੇ ਨਿਮਾਣੇ ਜੇ ਪੰਮੀ ਬਾਈ ਨੂੰ ਬੇਇਤਿਹਾਸ਼ਾ ਮਾਣ ਅਤੇ ਪਿਆਰ ਬਖਸ਼ਿਆ। ਜਲੰਧਰ ਕੀ ਛੋਟੀ ਬਾਰਾਦਰੀ ਪਾਰਟ 1 ਮੇਂ ਭਾਜਪਾ ਨੇਤਰੀ ਰਾਨੀ ਸਰੀਨ ਕੀ ਅਧਿਕਸ਼ਤਾ ਮੇਂ ਜਲੰਧਰ ਲੋਕ ਸਭਾ ਸੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਗੂ ਕੇ ਹੱਕ ਮੇਂ ਇੱਕ ਵਿਸ਼ਾਲ ਮੀਟਿੰਗ ਕੀ ਗਈ। ਯੇ ਮੀਟਿੰਗ ਨੇਹਾ ਮਹਿਤਾ ਕੇ ਨਿਵਾਸ ਸਥਾਨ ਪਰ ਕੀ ਗਈ, ਜਿਸ ਮੇਂ ਲੋਗੋ ਕੋ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਗੂ ਕੋ ਭਾਰੀ ਬਹੁਮਤ ਸੇ ਜਿਤਾਨੇ ਕੀ ਅਪੀਲ ਕੀ ਗਈ। ਇਸ ਮੌਕੇ ਪਰ ਰਮੇਸ਼ ਸ਼ਰਮਾ, ਸ਼ੈਲੀ ਖੰਨਾ, ਨਰਿੰਦਰ ਕੌਰ, ਗੁਰਜੀਤ ਰਾਏ, ਵਿੱਕੂ ਕਟੋਚ, ਅਨੂ ਸ਼ਰਮਾ, ਸੁਸ਼ੀਲ, ਸੁਨੀਤਾ ਮਹਾਜਨ, ਮਾਲਤੀ ਭੂਟਾਨੀ, ਨੇਹਾ ਮਹਿਤਾ, ਕਿਰਨ ਗੁਲਾਟੀ, ਸੁਜੇਨ ਵਰਮਾ, ਸੁਨੈਨਾ ਬਹਿਲ, ਅਨੁਭਾ ਅਗਰਵਾਲ, ਦੀਵਾ ਜੇਤਰੀ, ਮੇਘਾ ਸ਼ਰਮਾ, ਸੁਨੰਦਾ ਮਹਿਰਾ, ਨਿਰਮਲ ਸਹਿਗਲ ਸਹਿਤ ਬੜੀ ਸੰਖਿਆ ਮੇਂ ਲੋਕ ਮੌਜੂਦ ਰਹੇ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਦੇਸ਼ ਭਗਤ ਕੀ ਰਿਪੋਰਟ। ਫਿਰੋਜ਼ਪੁਰ ਕੈਂਟ ਮੇਂ ਆਮ ਆਦਮੀ ਪਾਰਟੀ ਕੋ ਉਸ ਸਮੇਂ ਬਲ ਮਿਲਾ ਜਬ ਕੈਂਟ ਆਟੋ ਯੂਨੀਅਨ ਨੇ ਆਪਣਾ ਸਮਰਥਨ ਆਮ ਆਦਮੀ ਪਾਰਟੀ ਕੋ ਦੇ ਦਿਆ ਔਰ ਲੋਕ ਸਭਾ ਚੁਣਾਵੋਂ ਮੇਂ ਆਪ ਉਮੀਦਵਾਰ ਕਾਕਾ ਬਰਾੜ ਕੇ ਹੱਕ ਮੇਂ ਉਤਰਨੇ ਕਾ ਐਲਾਨ ਕੀਆ। ਇਸਕੇ ਸਾਥ ਹੀ ਆਟੋ ਯੂਨੀਅਨ ਕੇ ਸਾਥੀ ਕੈਂਟ ਬੱਸ ਅੱਡਾ ਕੇ ਇੰਚਾਰਜ ਕੀ ਔਰ ਸੇ ਵੀ ਆਪਣਾ ਸਮਰਥਨ ਦੇਣੇ ਕੀ ਬਾਤ ਕੀ ਗਈ, ਜਿਸ ਕਾਰਨ ਫਿਰੋਜ਼ਪੁਰ ਮੇਂ ਲੋਕ ਸਭਾ ਸੀਟ ਪਰ ਆਮ ਆਦਮੀ ਪਾਰਟੀ ਕਾ ਪੱਲੜਾ ਭਾਰੀ ਹੋਤਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਆਟੋ ਚਾਲਕੋਂ ਨੇ ਬਤਾਇਆ ਕਿ ਉਹਨੇ ਕਾਫੀ ਮੁਸ਼ਕਿਲ ਆ ਰਹੀ ਹੈ ਔਰ ਉਹਨੇ ਕਾਫੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਉਨਕੀ ਸਭੀ ਮੁਸ਼ਕਿਲੋਂ ਕਾ ਹੱਲ ਨਿਕਾਲੇਗੀ ਤਾਂ ਕਿ ਵੀ ਆਪਣਾ ਜੀਵਨ ਸੁਚਾਰੂ ਢੰਗ ਸੇ ਚਲਾ ਸਕੇ। ਵੇਖੋ ਜੀ, ਸਾਡਾ ਘੱਟੋ ਘੱਟ 30 ਸਾਲ ਦਾ ਆਟੋ ਯੂਨੀਅਨ, ਰਕਸ਼ਾ ਯੂਨੀਅਨ ਸਾਰਿਆਂ ਦੇ ਨਾਲ, ਸਾਡਾ ਭਰਾਵਾਂ ਨਾਲੋਂ ਵੱਧ ਪਿਆਰ ਹੈ ਇਹਨਾਂ ਨਾਲ। ਜਿੱਧਰ ਨੂੰ ਇਹਨਾਂ ਨੇ ਫੈਸਲਾ ਲੈਣਾ ਸਾਡੇ ਬੱਸਾਂ ਵਾਲਾ ਕੰਮ, ਅਸੀਂ ਵੀ ਉਹਨਾਂ ਦੇ ਨਾਲ ਹੀ ਹੈ, ਅਸੀਂ ਇਕੱਠੇ ਹਾਂ, ਦੋ ਨਹੀਂ ਹੈਗੇ। ਨੰਬਰ 2, ਜਦੋਂ ਦਾ ਬੱਸ ਸਟੈਂਡ ਛਾਉਣੀ ਬੰਦ ਕੀਤਾ ਹੈ ਅਤੇ ਇਹ ਮੈਂ ਤਾਂ ਕਹਿੰਦਾ ਵੀ ਬਹੁਤ ਵੱਡੀ ਗਲਤੀ ਹੈ। ਦੇਖੋ, ਸ਼ਹਿਰ ਅੱਡਾ ਵੀ ਚੱਲੇ ਅਤੇ ਛਾਉਣੀ ਵੀ ਚੱਲੇ, ਛਾਉਣੀ ਉਹ ਸਵਾਰੀਆਂ ਬਾਹਰੋਂ ਧੁੱਪੇ ਚੜ੍ਹ ਕੇ ਜਾਂਦੀਆਂ ਅਤੇ ਧੁੱਪੇ ਖੜ੍ਹੇ ਰਹਿੰਦੇ, ਐਕਸੀਡੈਂਟਾਂ ਦਾ ਵੀ ਉੱਥੇ ਡਰ ਆ। ਇੱਧਰ ਸ਼ੈੱਡ ਬਣੇ ਆ, ਵਧੀਆ ਹੈ, ਇੱਥੇ ਕੋਈ ਦਿੱਕਤ ਆਵੇ ਤਾਂ ਅਸੀਂ ਉਹਨਾਂ ਦੇ ਨਾਲ ਆ ਸਾਰਿਆਂ ਦੇ, ਜਿਹੜਾ ਕੋਈ ਇੱਥੇ ਕੋਈ ਗੱਲ ਕਰੂਗਾ। ਬਾਕੀ ਅਸੀਂ ਬੱਸਾਂ ਵਾਲਿਆਂ ਨੂੰ ਨਹੀਂ, ਉਹ ਇੱਧਰ ਯੂਨੀਅਨ ਵਾਲਿਆਂ ਨਾਲ ਅਸੀਂ ਸਮਰਥਨ, ਸਾਡਾ ਰਮੀਨ ਸਿੰਘ ਭੁੱਲਰ ਸਾਹਿਬ ਹੈ ਸਾਡੇ MLA, ਉਹਨਾਂ ਨੂੰ ਹੈ, ਕਾਕਾ ਬਰਾੜ ਜੀ ਨੂੰ ਵੋਟਾਂ ਪੈਣੀਆਂ ਸਾਰੀਆਂ, ਅਸੀਂ ਵੀ ਉਹਨਾਂ ਨੂੰ ਸਮਰਥਨ ਦਿੰਦੇ ਹਾਂ ਆਪਦਾ। ਔਰ ਅਸੀਂ ਇਹ ਮੰਗ ਕਰਦੇ ਹਾਂ ਪਰ ਵੀ ਇਹ ਜਿਹੜਾ ਅੱਡਾ ਹੈ ਇਹ ਚੱਲਣਾ ਚਾਹੀਦਾ, ਅਤੇ ਨਹੀਂ ਤਾਂ ਆ ਸਾਰੇ ਮੇਰੇ ਭਰਾ ਖੜ੍ਹੇ ਆ, ਬਹੁਤ ਤੰਗ ਹੈ, ਅਤੇ ਤੰਗੀ ਬਾਹਲਾ ਚਿਰ ਮੇਰੇ ਖਿਆਲ ਕੱਟੀ ਨਹੀਂ ਜਾਣੀ ਫਿਰ ਉਹ ਗੱਲ ਇਹ ਆ ਵੀ ਇਹ ਜ਼ਰੂਰੀ ਹੈ। ਸਭ ਤੋਂ ਵੱਡੀ ਬੇਨਤੀ ਸਾਡੀ ਇਹ ਆ ਕਿ ਰਣਨੀਤੀ ਆਮ ਆਦਮੀ ਪਾਰਟੀ ਦੀ ਤੁਸੀਂ ਦੇਖ ਕੇ ਅੱਜ ਆਮ ਆਦਮੀ ਪਾਰਟੀ ਨੂੰ ਦੇ ਨਾਲ ਬੱਸਾਂ ਨੂੰ ਔਰ ਆਟੋ ਯੂਨੀਅਨ ਦੇ ਨਾਲ ਪੂਰਾ ਸਹਿਯੋਗ ਦੇ ਰਹੇ ਹੋ? ਦੇਖੋ ਜੀ, ਸਭ ਤੋਂ ਵੱਡਾ ਕੰਮ ਤਾਂ ਜਿਹੜਾ ਸਰਕਾਰ ਦਾ ਨਾ, ਜਿੱਦਣ ਦੀ ਸਰਕਾਰ ਆਈ ਹੈ ਇੱਕ ਤਾਂ ਕਿਸੇ ਦੇ ਪਰਚਾ ਨਹੀਂ ਹੋਇਆ, ਇਹ ਸਭ ਤੋਂ ਵੱਡਾ ਕੰਮ ਹੈ। ਮੈਂ MC ਰਿਹਾ ਬਹੁਤ ਲੰਮਾ ਸਮਾਂ ਸ਼ਹਿਰ ਦਾ,
ਪਰ ਇੱਥੇ ਹੁਣ ਜਿਹੜਾ ਕੰਮ ਹੈ ਇੱਕ ਬਿਜਲੀ ਦਾ ਬਿੱਲ ਲਾ ਲਓ ਸਭ ਕਿਸੇ ਨੂੰ ਨਹੀਂ ਆ ਰਿਹਾ, ਇੱਕ ਜਿਹੜੇ ਕੰਮ ਹੈ ਕੋਈ ਪਾਣੀ ਦਾ ਲਾ ਲਓ, ਕੋਈ ਹੋਰ ਕੰਮ ਹੈ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਇਸ ਕਰਕੇ ਅਸੀਂ ਇਹਨਾਂ ਦੀਆਂ ਨੀਤੀਆਂ ਨੂੰ ਵੇਖ ਕੇ ਚੰਗੇ ਕੰਮ ਕਰ ਰਹੇ ਤੇ ਅਸੀਂ ਇਹਨਾਂ ਦੇ ਨਾਲ। ਕੀ ਨਾਂ ਜੀ, ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸੰਯੋਗ ਦਿੱਤਾ ਜੀ? ਮੇਰਾ ਨਾਮ ਵਿਜੇ ਕੁਮਾਰ ਹੈ ਜੀ, ਅਸੀਂ ਰਾਸ਼ਟਰੀ ਸੁਰੱਖਿਆ ਯੂਨੀਅਨ ਦੇ ਵਰਕਰ ਹਾਂ ਸਾਰੇ, ਪਰ ਸਾਡਾ ਇਸ ਤਰ੍ਹਾਂ ਜੀ, ਅਸੀਂ ਜੋ ਸਾਡੇ ਪ੍ਰਧਾਨ ਜੀ ਸਾਨੂੰ ਕਹਿੰਦੇ ਨੇ ਅਸੀਂ ਉਹਨਾਂ ਨਾਲ ਚੱਲਦੇ ਹਾਂ, ਸਾਡੇ ਆਮ ਆਦਮੀ ਦੇ ਪ੍ਰਧਾਨ ਦੇਸ਼ ਆਪਣਾ ਦੇਸ਼ਰਾਜ ਜੀ, ਅਸੀਂ ਇਹਨਾਂ ਦੇ ਨਾਲ ਲੱਗੇ ਜਿਵੇਂ ਸਾਨੂੰ ਕਹਿੰਦੇ ਸੀ ਕਰਾਂ। ਜੋ ਤੁਹਾਡੀ ਮੁੱਖ ਮੰਗਾਂ ਨੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰੀਆਂ ਹੋਣਗੀਆਂ? ਸਾਡੀਆਂ ਮੁੱਖ ਮੰਗਾਂ ਇਹ ਹੈ ਜੀ, ਸਾਨੂੰ ਅਸੀਂ ਆਮ ਪਾਰਟੀ ਨੂੰ ਸਮਰਥਨ ਦੇ ਰਹੇ ਹਾਂ, ਉਹਨੂੰ ਵੋਟਾਂ ਪਾ ਕੇ ਕਾਮਯਾਬ ਕਰਾਂਗੇ ਔਰ ਜਿੱਤਣਗੇ ਅਤੇ ਸਾਡਾ ਕੰਮ ਕਰਾਉਣਗੇ, ਸਾਡਾ ਬੱਸ ਅੱਡਾ ਚਲਾਉਣਗੇ। ਸਾਡਾ ਬਹੁਤ ਮਤਲਬ ਕਿ ਕੰਮ ਨਹੀਂ ਚੱਲ ਰਿਹਾ, ਸਾਰੇ ਸੋਹਣੀ ਦਾ ਕੰਮ ਨਹੀਂ ਚੱਲ ਰਿਹਾ ਕਿ ਇੱਥੇ ਬੱਸ ਅੱਡਾ ਲਿਆਉਣਗੇ, ਬੱਸਾਂ ਰੋਡਵੇਜ਼ ਦੇ ਅੰਦਰ ਵੜਨਗੇ ਅਤੇ ਸਾਡਾ ਕੰਮ ਚੱਲੇ। ਇਹਨਾਂ ਨੇ ਕੰਮਕਾਰ ਬਹੁਤ ਵਧੀਆ ਕੀਤੇ ਨੇ, ਆਮ ਆਦਮੀ ਪਾਰਟੀ ਨੇ ਬਿਜਲੀ ਫ੍ਰੀ ਕੀਤੀ ਹੈ, ਬਹੁਤ ਵਧੀਆ ਕੰਮ ਕੀਤੇ। ਹੁਣ ਕੰਮਾਂ ਨੂੰ ਵੇਖਦੇ ਹੋਏ ਅਸੀਂ ਸਹਿਯੋਗ ਦੇ ਰਹੇ ਹਾਂ ਉਹਨੂੰ ਸਰ, ਜਿੰਨੇ ਆਟੋ ਸ਼ਾਹੀ ਹੋਣ ਸਾਡੇ, ਮੇਰੇ ਲੱਕੀ ਪ੍ਰਧਾਨ ਜੀ, ਮੈਂ ਦੇਸ਼ਰਾਜ ਘਰੋਂ, ਜਿੰਨੇ ਸਾਡੇ ਹੀ ਇਹਨਾਂ ਨੂੰ ਸਮਰਥਨ ਦੇ ਰਹੇ ਹਾਂ, ਅਸੀਂ ਇਹਨਾਂ ਦੇ ਨਾਲ ਹਾਂ। ਕੀ ਲੱਗਦਾ ਜੋ ਤੁਹਾਡੀ ਮੁੱਖ ਮੰਗਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਤੁਸੀਂ ਸੰਯੋਗ ਦੇ ਰਹੇ ਤਾਂ ਪੂਰੀਆਂ ਹੋਣਗੀਆਂ? ਹਾਂਜੀ, ਅਸੀਂ ਉਹੀ ਅਪੀਲ ਕਰਨਾ ਚਾਹੁੰਦੇ ਹਾਂ, ਸਾਡੀ ਮੁੱਖ ਮੰਗਾਂ ਇਹੀ ਨੇ, ਜਿਹੜਾ ਸ਼ਹਿਰ ਵਾਲਾ ਬੱਸ ਅੱਡਾ ਉਹ ਵੀ ਚੱਲੇ, ਅਸੀਂ ਇਹਦੇ ਕਦੇ ਨਾ ਚੱਲੇ, ਸਾਡਾ ਸੋਹਣੀ ਵਾਲਾ ਬੱਸ ਅੱਡਾ ਵੀ ਚੱਲੇ, ਭਾਵੇਂ 10 ਮਿੰਟ ਦੀ ਗੱਡੀ ਅੰਦਰ ਰੁਕੇ, ਰੁਕੇ ਜ਼ਰੂਰ, ਰੁਕੀ ਅਤੇ ਧੁੱਪ ਦੇ ਵਿੱਚ ਸੜਦੇ ਨੇ, ਮੱਚਦੇ ਨੇ, ਬਹੁਤ ਬੁਰੇ ਹਾਲ ਨੇ। ਸਾਡੀ ਜਿੰਨੀ ਆਮ ਪੁਰਸ਼ਾ ਯੂਨੀਅਨ ਹੈ ਭੁੱਖੇ ਮਰ ਰਹੇ ਨੇ, ਬੁਰੇ ਹਾਲ ਨੇ, ਬਾਂਕੇ ਦਿਹਾੜੇ ਨੇ, ਅੱਗੇ ਬਹੁਤ ਵਧੀਆ ਕੰਮ ਸੀ ਦਾ ਪਾਵਰ ਮੰਡਲ ਕਿਹੜਾ, ਉਹ ਵੀ ਦੁਖੀ ਹੈ, ਸਾਡੇ ਟੈਂਪੀ ਦੇ ਦੁਖੀ ਹੈਗੇ ਹੀ ਹੈਗੇ ਨੇ, ਉਹ ਵੀ ਜ਼ਿਆਦਾ ਦੁਖੀ ਨੇ। ਸਾਡੀ ਬੇਨਤੀ ਇਹੀ ਹੈ ਕਿ ਬੱਸ ਅੱਡਾ ਕਿਹੜਾ ਚਲਾਇਆ ਜਾਵੇ। ਵੈਸ਼ਨੋ ਮਾਤਾ ਮੰਦਿਰ ਰਾਮਗਲੀ ਸੈਦਾ ਗੇਟ ਜਲੰਧਰ ਵੀ ਹਰ ਵਰਸ਼ ਕੀ ਤਰ੍ਹਾਂ ਇਸ ਵਰਸ਼ ਵੀ ਅਰੋੜਾ ਪਰਿਵਾਰ ਕੀ ਔਰ ਸੇ ਸਿੱਧ ਬਾਬਾ ਬਾਲਕ ਨਾਥ ਜੀ ਕੀ ਚੌਂਕੀ ਕਾ ਆਯੋਜਨ ਕੀਆ ਗਿਆ, ਜਿਸ ਮੇਂ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਭਜਨ ਮੰਡਲੀ ਸੁੱਖਾ ਤਾਲਾਬ ਕਿਸ਼ਨਪੁਰਾ ਮੇਂ ਬਾਬਾ ਜੀ ਕੀ ਮਹਿਮਾ ਕਾ ਗੁਣਗਾਨ ਕਰ ਉਪਸਥਿਤ ਭਕਤੋਂ ਕੋ ਝੂਮਨੇ ਪਰ ਵਿਵਸ਼ ਕਰ ਦਿਆ ਗਿਆ। ਇਸ ਮੌਕੇ ਪਰ ਦੀਪਕ ਕੁਮਾਰ, ਹੀਨਾ ਅਰੋੜਾ, ਧਾਰਿਕਾ ਅਰੋੜਾ, ਰੋਹਿਤ ਬੱਲਾ, ਬਿੰਦੀਆ ਅਰੋੜਾ, ਕੇਵਲ ਅਰੋੜਾ, ਅਨਮੋਲ ਅਰੋੜਾ, ਰੁਦਰਾਕਸ਼ ਬੋਲਾ, ਬਿੱਟੂ ਕਾਲਾ, ਰਾਜੂ, ਕ੍ਰਿਸ਼ਨਾ, ਮੋਨਾ, ਮੰਜੂ, ਮੋਨਿਕਾ, ਸੁਮਨ, ਏਕਾਦਸ਼ੀ, ਸ਼ਿਵਮ, ਅਕਸ਼ੇ, ਵੈਸ਼ਨਵੀ, ਅਵਕੇਸ਼ ਸਹਿਤ ਅਸੰਖਿਅ ਭਕਤਜਨ ਮੌਜੂਦ ਰਹੇ। ਅੰਤ ਮੇਂ ਪ੍ਰਸਾਦ ਰੂਪੀ ਲੰਗਰ ਕਾ ਆਯੋਜਨ ਵੀ ਕੀਆ ਗਿਆ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਦੇਸ਼ ਭਗਤ ਕੀ ਰਿਪੋਰਟ। ਮਾਮਾ ਕਰੀ ਦੀਆਂ ਆਈਆਂ
ਤੇਰੀ ਬਾਬਲੀ ਦਾ ਪਿਆਲੀ ਸਿਤਾਰਾ ਅੰਬਰਾਂ ਤੇ ਪੀਂਘ ਪੈ ਗਈ ਜਦੋਂ ਬੋਲਿਆ ਮੈਂ ਨੱਚਦਾ ਜਗਾਰਾ ਹੋਲੇ 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 ਹ
ਤੇ ਮਾਰੀ ਸਭ ਤੇ ਮਾਰੀ ਪੰਜਾਬ ਭਰ ਮੇਂ ਗਰਮੀ ਕਾ ਕਹਿਰ ਜਾਰੀ ਹੈ ਔਰ ਤਾਪਮਾਨ ਲਗਾਤਾਰ ਬੜ ਰਹਾ ਹੈ। ਬਠਿੰਡਾ ਮੇਂ ਗਤ ਦਿਵਸ ਤਾਪਮਾਨ 48 ਡਿਗਰੀ ਕੇ ਨਜ਼ਦੀਕ ਪਹੁੰਚ ਗਿਆ, ਜਿਸਨੇ ਕਈ ਵਰਸ਼ੋਂ ਕੇ ਰਿਕਾਰਡ ਤੋੜ ਦੀਏ ਹੈ। ਤੋ ਵਹੀਂ ਲੁਧਿਆਣਾ ਕੀ ਬਾਤ ਕੀ ਜਾਏ ਤੋ ਵਹਾਂ ਤਾਪਮਾਨ 44 ਡਿਗਰੀ ਕੇ ਉੱਪਰ ਚੱਲ ਰਹਾ ਹੈ। ਗਰਮੀ ਕੇ ਕਾਰਨ ਲੋਕ ਬੇਹਾਲ ਹੈ। ਫਿਲਹਾਲ ਆਉਣ ਵਾਲੇ ਦਿਨੋਂ ਮੇਂ ਗਰਮੀ ਸੇ ਰਾਹਤ ਮਿਲਣੇ ਕੀ ਕੋਈ ਉਮੀਦ ਨਹੀਂ ਹੈ। ਇਸ ਮੌਕੇ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੀ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਕਿ ਮੌਸਮ ਵਿਭਾਗ ਕੀ ਔਰ ਸੇ ਗਰਮੀ ਕੇ ਮੱਦੇਨਜ਼ਰ ਆਉਣ ਵਾਲੇ 2 ਦਿਨੋਂ ਤੱਕ ਰਾਜ ਭਰ ਮੇਂ ਰੈੱਡ ਅਲਰਟ ਜਾਰੀ ਕੀਆ ਗਿਆ ਹੈ। ਲੋਕੋ ਕੋ ਸਲਾਹ ਦੀ ਗਈ ਹੈ ਕਿ ਵੇ ਦੁਪਹਿਰ 11 ਵਜੇ ਸੇ ਲੇਕਰ 4 ਵਜੇ ਤੱਕ ਘਰੋਂ ਸੇ ਬਾਹਰ ਬਹੁਤ ਜ਼ਰੂਰੀ ਕਾਮ ਹੋਣੇ ਪਰ ਹੀ ਨਿਕਲੇ ਜਾਂ ਫਿਰ ਆਪਣੇ ਕਾਮ ਸੁਬਹੇ ਔਰ ਸ਼ਾਮ ਕੋ ਕਰੇ। ਇਸਕੇ ਸਾਥ ਹੀ ਲੋਕੋ ਕੋ ਅਧਿਕ ਸੇ ਅਧਿਕ ਪਾਣੀ ਕਾ ਸੇਵਨ ਕਰਨੇ ਕੀ ਸਲਾਹ ਵੀ ਦੀ ਗਈ ਹੈ। ਉਹਨਾਂ ਕਿਹਾ ਕਿ ਲੋਕ ਆਪਣੇ ਪਾਸ ਓਆਰਐਸ ਕਾ ਘੋਲ ਬਣਾ ਕਰ ਜ਼ਰੂਰ ਰੱਖੇ, ਆਪਣਾ ਸਿਰ ਔਰ ਮੂੰਹ ਢੱਕ ਕਰ ਚਲੇ ਔਰ ਆਪਣੇ ਸਵਾਸਥੇ ਕਾ ਧਿਆਨ ਰੱਖੇ। ਦੇਖੋ ਜਿਸ ਤਰ੍ਹਾਂ ਕਿ ਪ੍ਰੈਜੈਂਟ ਸਿਨੈਰੀਓ ਹੈਗਾ ਤਾਂ ਜਿਹੜੇ ਦੋਨੋਂ ਟੈਂਪਰੇਚਰਸ ਨੇ ਦਿਨ ਦਾ ਅਤੇ ਰਾਤ ਦਾ ਨੋਰਮਲ ਨਾਲੋਂ ਜ਼ਿਆਦਾ ਚੱਲ ਰਿਹਾ। ਜਿਸ ਤਰ੍ਹਾਂ ਕਿ ਸਾਡੇ ਕੋਲ ਲੁਧਿਆਣੇ 44 ਡਿਗਰੀ ਟੈਂਪਰੇਚਰ ਚੱਲ ਰਿਹਾ, ਜਿਹੜਾ ਕਿ ਆਲਰੇਡੀ ਆਪਾਂ ਕਹਿ ਸਕਦੇ ਹਾਂ 5-6 ਡਿਗਰੀ ਨੋਰਮਲ ਤੋਂ ਜ਼ਿਆਦਾ ਚੱਲ ਰਿਹਾ। ਪਰ ਕੱਲ੍ਹ ਦੇ ਰਿਕਾਰਡ ਦੇ ਵਿੱਚ ਬਠਿੰਡੇ ਜਿਹੜਾ 48.4 ਡਿਗਰੀ ਵੀ ਰਿਕਾਰਡ ਹੋਇਆ, ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਆਲਮੋਸਟ 7-8 ਡਿਗਰੀ ਨੋਰਮਲ ਤੋਂ ਜ਼ਿਆਦਾ ਹੈ।
ਸੋ ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਟੈਂਪਰੇਚਰ ਹੈ, ਕਿਉਂਕਿ ਰਾਤ ਨੂੰ ਵੀ ਆਪਾਂ ਨੂੰ ਲੱਗ ਰਿਹਾ ਕਿ ਰਾਤਾਂ ਬਹੁਤ ਜਿਹੜੀਆਂ ਗਰਮ ਹੋ ਰਹੀਆਂ ਨੇ, ਕਿਉਂਕਿ ਪਿੱਛੇ ਜੇ ਸਾਡੇ ਕੋਲ ਪਿਛਲੇ ਹਫ਼ਤੇ 30 ਡਿਗਰੀ ਤੱਕ ਵੀ ਜਿਹੜਾ ਰਾਤ ਦਾ ਟੈਂਪਰੇਚਰ ਆ ਰਿਕਾਰਡ ਕੀਤਾ ਗਿਆ, ਅਤੇ ਹੁਣ ਥੋੜ੍ਹਾ ਜਿਹਾ ਮਤਲਬ ਇੰਪਰੂਵਮੈਂਟ ਹੋਈ ਹੈ, ਬਟ ਫਿਰ ਵੀ ਜਿਹੜਾ ਰਾਤ ਦਾ ਟੈਂਪਰੇਚਰ ਨੋਰਮਲ ਨਾਲੋਂ 3-4 ਡਿਗਰੀ ਜ਼ਿਆਦਾ ਹੀ ਚੱਲ ਰਿਹਾ। ਸੋ ਕਹਿਣ ਦਾ ਭਾਵ ਹੈ ਕਿ ਦਿਨ ਅਤੇ ਰਾਤ ਦੋਨਾਂ ਦੇ ਟੈਂਪਰੇਚਰ ਜਿਹੜੇ ਨੇ ਨੋਰਮਲ ਤੋਂ ਜ਼ਿਆਦਾ ਚੱਲ ਰਹੇ ਆ, ਜਿਸ ਕਰਕੇ ਕਿ ਆਪਾਂ ਨੂੰ ਬਹੁਤ ਜ਼ਿਆਦਾ ਜਿਹੜੀ ਗਰਮੀ ਮਹਿਸੂਸ ਹੋ ਰਹੀ ਹੈ। ਉਸ ਤੋਂ ਇਲਾਵਾ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਡਰਾਈ ਸਪੈਲ ਹੈ ਉਹ ਬਹੁਤ ਲੰਬਾ ਹੋ ਚੁੱਕਿਆ, ਕਿਉਂਕਿ ਜਿਹੜੀ ਅਪ੍ਰੈਲ ਦੇ ਵਿੱਚ ਵੀ ਬਾਰਿਸ਼ ਹੋਈ ਹੈ, ਸਿਰਫ 5 ਮਿਲੀਮੀਟਰ ਬਾਰਿਸ਼ ਹੋਈ ਹੈ ਅਤੇ ਇੱਕ ਸਿਰਫ ਰੇਨੀ ਡੇ ਸੀਗਾ, ਜਦੋਂ ਕਿ ਸਾਡੇ ਕੋਲ 18-19 ਮਿਲੀਮੀਟਰ ਜਿਹੜੀ ਬਾਰਿਸ਼ ਹੋਣੀ ਚਾਹੀਦੀ ਹੈ। ਅਤੇ ਜੇ ਮਈ ਦੀ ਗੱਲ ਕਰਦੇ ਹਾਂ ਤਾਂ ਮਈ ਬਿਲਕੁਲ ਸੁੱਕਾ ਲੰਘਿਆ, ਐਨ ਡਰਾਈ ਰਿਹਾ। ਔਰ ਜੇ ਰਿਲੇਟਿਵ ਹਿਊਮਿਡਿਟੀ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਸਾਡੇ ਕੋਲ ਮਤਲਬ 50% ਜਿਹੜੀ ਹੈ ਉਹ ਨੋਰਮਲ ਨਾਲੋਂ ਘੱਟ ਰਿਕਾਰਡ ਕੀਤੀ ਜਾ ਰਹੀ ਹੈ, ਜਿਸ ਕਰਕੇ ਕਿ ਆਪਾਂ ਦੇਖ ਰਹੇ ਹਾਂ ਕਿ ਲੂ ਜਿਹੜੀ ਚੱਲ ਰਹੀ ਹੈ, ਇੰਨੀਆਂ ਜ਼ਿਆਦਾ ਗਰਮ ਹਵਾਵਾਂ ਚੱਲ ਰਹੀਆਂ ਨੇ, ਕਿਉਂਕਿ ਖੁਸ਼ਕ ਬਹੁਤ ਜ਼ਿਆਦਾ ਜਿਹੜੀ ਹਵਾ ਹੈਗੀ ਹੈ, ਬਾਰਿਸ਼ ਦੀ ਕਮੀ ਕਰਕੇ ਜਿਹੜੀ ਉਹਦੇ 'ਚ ਨਮੀ ਹੈ ਉਹ ਵੀ ਜਿਹੜੀ ਘੱਟ ਦਿਖਾਈ ਦੇ ਰਹੀ ਹੈ। ਸੋ ਹਾਲੇ ਵੀ ਕੋਈ ਜ਼ਿਆਦਾ ਰਾਹਤ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ, ਕਿਉਂਕਿ 29-30 ਤੱਕ ਸਾਡੇ ਕੋਲ ਹਾਲੇ ਵੀ ਜਿਹੜੀ ਹੀਟ ਵੇਵ ਦਾ ਪ੍ਰੈਡਿਕਸ਼ਨ ਹੈਗੀ ਹੈ ਕਿ ਮੋਡਰੇਟ ਟੂ ਸਵੀਅਰ ਹੀਟ ਵੇਵ ਜਿਹੜੀ ਉਹ ਹੋ ਸਕਦੀ ਹੈ। ਸੋ ਜੇ ਆਪਾਂ ਮੌਨਸੂਨ ਦੀ ਗੱਲ ਕਰੀਏ ਤਾਂ ਹਾਲੇ ਮੌਨਸੂਨ ਵੀ ਸਾਡੇ ਕੋਲ ਐਂਡ ਜੂਨ ਦੇ ਵਿੱਚ ਜਿਹੜਾ ਪਹੁੰਚੇਗਾ, ਕਿਉਂਕਿ ਜਿਹੜੀ IMD ਵੱਲੋਂ ਫੋਰਕਾਸਟ ਹੈਗੀ ਹੈ ਉਹਦੇ ਵਿੱਚ 15 April ਨੂੰ ਜਿਹੜੀ ਫਸਟ ਫੋਰਕਾਸਟ ਜਾਰੀ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਕੱਲ੍ਹ 27 May ਨੂੰ ਦੂਸਰੀ ਫੋਰਕਾਸਟ ਆਈ ਹੈ, ਅਤੇ ਥਰਡ ਜਿਹੜੀ ਫੋਰਕਾਸਟ ਹੈ ਉਹ ਐਂਡ ਆਫ ਜੂਨ ਆਏਗੀ। ਸੋ ਜਿਹੜੀ 27 May ਦੀ ਫੋਰਕਾਸਟ ਹੈ ਉਹਦੇ ਹਿਸਾਬ ਨਾਲ, ਜਿਵੇਂ ਕਿ ਆਪਾਂ ਸਾਲ ਦੇ ਸ਼ੁਰੂ ਦੇ ਵਿੱਚ ਥੋੜ੍ਹਾ ਐਲਨੀਨੋ ਦਾ ਇਫੈਕਟ ਦੇਖਿਆ ਗਿਆ ਸੀਗਾ, ਜਿਹਦੇ ਕਰਕੇ ਕਿ ਲੱਗ ਰਿਹਾ ਸੀਗਾ ਕਿ ਮੌਨਸੂਨ ਥੋੜ੍ਹਾ ਜਿਹਾ ਇਸ ਵਾਰੀ ਵੀਕ ਹੋਏਗਾ, ਬਟ ਜਿਹੜੀ ਹੁਣ ਕੱਲ੍ਹ ਫੋਰਕਾਸਟ ਆਈ ਹੈ ਉਹਦੇ ਅਕੋਰਡਿੰਗਲੀ ਜਿਹੜਾ ਸੈਂਟਰਲ ਇੰਡੀਆ ਹੈ ਉਹਦੇ ਵਿੱਚ ਅੱਛੀ ਬਾਰਿਸ਼ ਮੌਨਸੂਨ ਦੀ ਹੋਣ ਦੀ ਸੰਭਾਵਨਾ ਹੈ, ਬਟ ਜਿਹੜਾ ਨੌਰਥ ਵੈਸਟ ਏਰੀਆ ਹੈ ਉਹਦੇ ਵਿੱਚ ਨੋਰਮਲ ਜਾਂ ਬਿਲੋ ਨੋਰਮਲ ਰਹਿ ਸਕਦੀ ਹੈ। ਸੋ ਉਮੀਦ ਕਰਦੇ ਹੈਗੇ ਹਾਂ ਕਿ ਜੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਮਤਲਬ ਬਣਦੀਆਂ ਨੇ, ਅੱਗੋਂ ਜੂਨ ਵੀ ਸਾਡਾ ਬਹੁਤ ਵਾਰਮ ਹੁੰਦਾ, ਤਾਂ ਮੇ ਬੀ ਕੁਛ ਲਾਨੀਨਾ ਦਾ ਇਫੈਕਟ ਹੋ ਜਾਏ ਤਾਂ ਸਾਡੇ ਕੋਲ ਜਿਹੜੀ ਅੱਛੀ ਮੌਨਸੂਨ ਜਿਹੜੀ ਆ ਉਹ ਅਸੀਂ ਮਾਣ ਸਕਦੇ ਹਾਂ। ਬਟ ਹਾਲੇ ਜਿਹੜੀ ਕਿਉਂਕਿ ਸਾਡੇ ਕੋਲ ਜੁਲਾਈ ਦੇ ਫਸਟ ਵੀਕ ਦੇ ਵਿੱਚ ਜਿਹੜੀ ਮੌਨਸੂਨ ਹੈ ਪੰਜਾਬ ਦੇ ਵਿੱਚ ਪਹੁੰਚਦੀ ਹੈ, ਸੋ ਸਾਨੂੰ ਹਾਲੇ ਵੇਟ ਕਰਨੀ ਪਊਗੀ ਕਿ ਐਂਡ ਆਫ ਜੂਨ ਦੇ ਵਿੱਚ ਕੀ ਜਿਹੜਾ ਸਿਨੈਰੀਓ ਹੈ ਉਹ ਆਉਂਦਾ। ਹਾਂਜੀ ਬਿਲਕੁਲ, ਜਿਹੜਾ ਰੈੱਡ ਅਲਰਟ ਜਾਰੀ ਕੀਤਾ ਗਿਆ, ਜਿਹੜੇ ਮੋਸਟਲੀ ਜਿਹੜੇ ਸਾਊਥ ਵੈਸਟਰਨ ਡਿਸਟ੍ਰਿਕਟਸ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਰੈੱਡ ਅਲਰਟ ਹੈ, ਸੈਂਟਰਲ ਜਿਹੜਾ ਪੰਜਾਬ ਉਹਦੇ ਵਿੱਚ ਔਰੇਂਜ ਅਲਰਟ ਹੈਗਾ। ਸੋ ਕਹਿਣ ਦਾ ਭਾਵ ਹੈਗਾ ਕਿ ਹਾਲੇ ਵੀ ਜਿਹੜੇ ਟੈਂਪਰੇਚਰਸ ਨੇ ਉਹ ਰਾਈਜ਼ ਹੀ ਹੋਣਗੇ ਫਰਦਰ, ਕੋਈ ਰਾਹਤ ਦੀ ਸੰਭਾਵਨਾ ਇੰਨੀ ਨਜ਼ਰ ਨਹੀਂ ਆ ਰਹੀ। ਅਮਨ ਦੇਖਿਆ ਵੀ ਰਾਤ ਦੇ ਟੈਂਪਰੇਚਰ ਦੇ ਵਿੱਚ ਜਿਹੜੀ ਆ ਕਾਫੀ ਦੇਖਣ ਨੂੰ ਮਿਲਿਆ ਕਿ ਰਾਈਜ਼ ਹੋ ਗਏ ਨੇ, ਪਹਿਲਾਂ ਜਿਹੜੇ 24-25 ਤੱਕ ਰਹਿੰਦੇ ਸੀ ਹੁਣ 30 ਤੱਕ ਵੀ ਪਹੁੰਚ ਗਏ ਨੇ, ਕੀ ਕਾਰਨ ਲੱਗਦਾ ਹੈ ਕਿ ਜਿਹੜੇ ਯਕਦਮ ਹੋਏ ਨੇ ਜਾਂ ਕੋਈ ਕਾਰਨ? ਤੁਸੀਂ ਦੇਖੋ ਜਿਸ ਤਰ੍ਹਾਂ ਕਿ ਦਿਨ ਦਾ ਜਿਹੜਾ ਟੈਂਪਰੇਚਰ ਹੈਗਾ ਉਹ ਜਦੋਂ ਇੰਨਾ ਜ਼ਿਆਦਾ ਵੱਧ ਰਿਹਾ ਹੈ ਤਾਂ ਉਹਦੇ ਨਾਲ ਸਾਨੂੰ ਕੋਈ ਮਤਲਬ ਕੋਈ ਉਹਦੇ 'ਚ ਜਿਹੜੀ ਹਵਾ ਹੈਗੀ ਹੈ ਉਹ ਵੀ ਬਿਲਕੁਲ ਗਰਮ ਹੋ ਕੇ ਲੰਘਦੀ ਹੈ। ਸੋ ਨਾਲ ਦੀ ਨਾਲ ਸਾਡੇ ਕੋਲ ਸ਼ਾਮ ਨੂੰ ਵੀ ਕੋਈ ਡਿਵੈਲਪਮੈਂਟ ਨਹੀਂ ਹੁੰਦੀ, ਉਸੇ ਤਰ੍ਹਾਂ ਹੀ ਸਾਡੇ ਕੋਲ ਜਿਹੜਾ ਪ੍ਰੈਸ਼ਰ ਕੋਈ ਫਾਲ ਨਹੀਂ ਹੁੰਦਾ, ਜਿਹਦੇ ਕਰਕੇ ਕਿ ਜਿਹੜੀ ਆਪਣੇ ਕੋਲ ਆਉਂਦੀ ਹੈਗੀ ਹੈ ਰੇਡੀਏਸ਼ਨ ਜਿਹੜੀ ਧਰਤੀ 'ਤੇ ਪੈਂਦੀ ਹੈ ਰਾਤ ਨੂੰ ਵੀ, ਫਿਰ ਉਹ ਜਿਹੜੀ ਹਵਾ ਉਹਨੂੰ ਗਰਮ ਹੀ ਕਰਦੀ ਹੈ।
ਸੋ ਇਸ ਕਰਕੇ ਜਿਹੜੇ ਨਾਈਟ ਟੈਂਪਰੇਚਰਸ ਨੇ ਉਹ ਵੀ ਇੰਨੇ ਜ਼ਿਆਦਾ ਮਤਲਬ ਫਾਲ ਨਹੀਂ ਕਰ ਰਹੇ, ਕਿਉਂਕਿ ਕੋਈ ਥੋੜ੍ਹਾ ਬਹੁਤਾ ਮੋਇਸਚਰ ਹੋਏ ਜਾਂ ਜਿਸ ਤਰ੍ਹਾਂ ਕਿ ਧਰਤੀ ਤੋਂ ਥੋੜ੍ਹੀ ਜਿਹੀ ਰੇਡੀਏਸ਼ਨ ਜ਼ਿਆਦਾ ਨਿਕਲੇ ਉਹਦੇ ਨਾਲ ਥੋੜ੍ਹਾ ਟੈਂਪਰੇਚਰ ਫਾਲ ਕਰਦਾ, ਪਰ ਇਹੋ ਜਿਹੀਆਂ ਕੰਡੀਸ਼ਨਸ ਨਹੀਂ ਹੈ ਕਿਉਂਕਿ ਐਡਵੈਕਸ਼ਨ ਜਿਹੜੀ ਹੈ ਉਹ ਜ਼ਿਆਦਾ ਪ੍ਰੋਮੀਨੈਂਟ ਹੋਈ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ, ਜਿਹੜੀ ਐਡਵੈਕਸ਼ਨ ਦੇ ਨਾਲ ਜਿਹੜੀ ਹੋਰੀਜ਼ੋਂਟਲ ਫਲੋ ਹੈ ਉਹਦੇ ਨਾਲ ਲੂ ਵੀ ਵਗਦੀ ਹੈ ਅਤੇ ਜਿਹੜਾ ਉਹ ਟੈਂਪਰੇਚਰ ਨੂੰ ਵੀ ਵਧਾਉਂਦੀ ਹੈ। ਹਾਂਜੀ, ਕੁਛ ਕਹਿ ਸਕਦੇ ਹੈਗੇ ਹਾਂ ਕਿ ਜਿਸ ਤਰ੍ਹਾਂ ਹੁਣ ਸਾਡੇ ਕੋਲ ਲੁਧਿਆਣੇ ਦਾ ਤਾਂ 44 ਡਿਗਰੀ ਤੱਕ ਟੈਂਪਰੇਚਰ ਹੈਗਾ ਰਿਕਾਰਡ ਕੀਤਾ ਗਿਆ, ਮਤਲਬ 10-12 ਸਾਲ ਦਾ ਰਿਕਾਰਡ ਤਾਂ ਸਾਡੇ ਕੋਲ ਲੁਧਿਆਣੇ ਵੀ ਬ੍ਰੇਕ ਹੋਏ ਆ। ਪਰ ਜੇ ਆਪਾਂ ਬਠਿੰਡੇ ਦੀ ਗੱਲ ਕਰਦੇ ਹਾਂ ਜਿੱਥੇ ਕਿ 48-39 ਡਿਗਰੀ ਟੈਂਪਰੇਚਰ ਪਹੁੰਚ ਗਿਆ, ਉੱਥੇ ਕਾਫ਼ੀ ਮਤਲਬ ਆਪਾਂ ਪਿਛਲੇ 30-40 ਸਾਲਾਂ ਦਾ ਰਿਕਾਰਡ ਕਹਿ ਸਕਦੇ ਹਾਂ ਬ੍ਰੇਕ ਹੋਇਆ, ਕਿਉਂਕਿ ਮੋਸਟਲੀ ਇੰਨਾ ਟੈਂਪਰੇਚਰ ਮਈ ਦੇ ਵਿੱਚ ਰਿਕਾਰਡ ਨਹੀਂ ਹੁੰਦਾ। ਮੈਮ, ਆਮ ਲੋਕਾਂ ਲਈ ਵੀ ਕੁਛ ਹੀਟ ਵੇਵਸ ਨੂੰ ਲੈ ਕੇ ਜਿਹੜੀ ਹੈ ਉਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਮੌਸਮ ਵਿਭਾਗ ਦੇ ਵਿੱਚ। ਹਾਂਜੀ, ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਹੈਗੇ ਹਾਂ ਕਿ ਰੈੱਡ ਅਲਰਟ ਜਾਰੀ ਕੀਤਾ ਗਿਆ, ਇਟ ਮੀਨਸ ਕਿ ਬਹੁਤ ਜ਼ਿਆਦਾ ਜਿਹੜੀ ਹੈ ਸਨ ਰੇਡੀਏਸ਼ਨ ਜਿਹੜੀ ਧਰਤੀ 'ਤੇ ਆ ਰਹੀ ਹੈ, ਕਿਉਂਕਿ ਬਿਲਕੁਲ ਜਿਵੇਂ ਮਤਲਬ ਤਪ ਰਹੀ ਹੈ ਧਰਤੀ। ਸੋ ਇੰਨੀਆਂ ਜ਼ਿਆਦਾ ਜਦੋਂ UV ਰੇਡੀਏਸ਼ਨ, ਕਿਉਂਕਿ ਬਿਲਕੁਲ ਜਿਹੜਾ ਆਪਾਂ ਕਹਿ ਸਕਦੇ ਹਾਂ ਐਟਮੋਸਫੀਅਰ ਬਿਲਕੁਲ ਕਲੀਅਰ ਹੋ ਚੁੱਕਿਆ, ਸੋ ਡਾਇਰੈਕਟ ਸਨਲਾਈਟਸ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਨੇ, ਇਸੇ ਕਰਕੇ ਹੀ ਜਿਹੜਾ ਮਤਲਬ ਹਲੇ ਕੋਈ ਵੈਸਟਰ ਡਿਸਟਰਬੈਂਸ ਨਹੀਂ ਆ ਰਿਹਾ, ਕੋਈ ਕਲਾਊਡੀਨੈਸ ਨਹੀਂ ਆ ਰਹੀ। ਸੋ ਜਿੰਨੀਆਂ ਰੇਡੀਏਸ਼ਨਸ ਇੱਥੇ ਪਹੁੰਚ ਰਹੀਆਂ ਨੇ ਉਹ ਸਾਡੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ, ਸੋ ਉਹਨਾਂ ਤੋਂ ਬਚਾਅ ਵਾਸਤੇ ਆਪਾਂ ਨੂੰ ਹਮੇਸ਼ਾ ਜਿਹੜੇ ਜਦੋਂ ਵੀ ਘਰੋਂ ਬਾਹਰ ਨਿਕਲਾਂ ਸਨਸਕ੍ਰੀਨ ਲਗਾ ਕੇ ਨਿਕਲੋ, ਔਰ ਜਿਹੜੀਆਂ ਸਨਗਲਾਸਿਸ ਵੀ ਜ਼ਰੂਰ ਲਗਾਉਣੀਆਂ ਚਾਹੀਦੀਆਂ, ਕਿਉਂਕਿ ਜਿਹੜੀਆਂ ਅੱਖਾਂ ਵੀ ਬਹੁਤ ਸੈਂਸਿਟਿਵ ਨੇ, ਅਤੇ ਜਿਸ ਤਰ੍ਹਾਂ ਕਿ ਹੁਣ ਸਾਡੇ ਆਪਣੇ ਚੋਣਾਂ ਦਾ ਮੌਸਮ ਚੱਲ ਰਿਹਾ, ਸੋ ਹਰ ਇੱਕ ਨੇ ਆਪਣੀ ਐਕਟੀਵਿਟੀ ਜਾਂ ਪਾਰਟੀਸਪੇਟ ਵੀ ਕਰਨਾ ਹੈਗਾ, ਸਾ ਉਹਦੇ ਲਈ ਵੀ ਆਪਾਂ ਨੂੰ ਪੂਰੇ ਧਿਆਨ ਨਾਲ ਆਪਣੇ ਘਰੋਂ ਪੂਰੀ ਤਿਆਰੀ ਕਰਕੇ ਨਿਕਲਣਾ ਚਾਹੀਦਾ ਕਿ ਮਤਲਬ ਪਾਣੀ ਦਾ ਜਿਹੜਾ ਹੈਗਾ ਉਹ ਇੰਤਜ਼ਾਮ ਪ੍ਰੋਪਰ ਹੋਵੇ, ਅਤੇ ਜਿਵੇਂ ਕਿ ORS ਦਾ ਘੋਲ ਹੈ ਉਹ ਥੋੜ੍ਹੀ ਥੋੜ੍ਹੀ ਦੇਰ ਬਾਅਦ ਲੋਕ ਆਪਣਾ ਪੀਂਦੇ ਰਹਿਣ, ਕਿਉਂਕਿ ਸਭ ਨੇ ਆਪਣੀਆਂ ਡਿਊਟੀਜ਼ ਵੀ ਕਰਨੀਆਂ ਨੇ। ਪਰ ਕੋਸ਼ਿਸ਼ ਇਹ ਕੀਤੀ ਜਾਵੇ ਕਿ ਜਿਹੜੀ ਦੁਪਹਿਰ ਵੇਲੇ ਇੰਨਾ ਜ਼ਿਆਦਾ ਘਰੋਂ ਬਾਹਰ ਨਾ ਨਿਕਲਿਆ ਜਾਵੇ, ਜਿੰਨਾ ਕੰਮ ਆਪਾਂ ਨਿਬੇੜ ਸਕਦੇ ਹਾਂ ਅਰਲੀ ਮੋਰਨਿੰਗ ਜਾਂ ਥੋੜ੍ਹਾ ਈਵਨਿੰਗ ਟਾਈਮ ਦੇ ਵਿੱਚ ਕੀਤਾ ਜਾਵੇ। ਬਾਕੀ ਜਿਸ ਤਰ੍ਹਾਂ ਕਿ ਤਰਲ ਪਦਾਰਥ ਨੇ ਉਹਨਾਂ ਦਾ ਸੇਵਨ ਕੀਤਾ ਜਾਵੇ, ਜਿਹੜੀ ਤਲਿਆ ਹੈਗਾ ਭੋਜਨ ਉਹਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈਗਾ, ਕਿਉਂਕਿ ਉਹਦੇ ਨਾਲ ਜ਼ਿਆਦਾ ਫਿਰ ਸਾਨੂੰ ਡੀਹਾਈਡਰੇਸ਼ਨ ਹੁੰਦੀ ਹੈ, ਪਿਆਸ ਲੱਗਦੀ ਹੈ। ਬਾਕੀ ਜਿਸ ਤਰ੍ਹਾਂ ਸੂਤੀ ਕੱਪੜੇ ਪਾ ਕੇ ਰੱਖਣੇ ਚਾਹੀਦੇ ਹੈ, ਥੋੜ੍ਹੇ ਹਲਕੇ ਫੁਲਕੇ ਕੱਪੜੇ ਪਾਏ ਜਾਣ ਤਾਂ ਕਿ ਕੰਫਰਟ ਲੈਵਲ ਰਹੇ, ਅਤੇ ਬਾਕੀ ਇਹ ਹੈ ਕਿ ਆਪਣਾ ਜਿੰਨਾ ਵੀ ਹੋ ਸਕੇ ਸਿਰ ਨੂੰ ਜ਼ਰੂਰ ਢੱਕ ਕੇ ਰੱਖਿਆ ਜਾਵੇ, ਕਿਉਂਕਿ ਸਾਡਾ ਜਿਹੜਾ ਸਿਰ ਹੈ ਉਹ ਜਿਹੜਾ ਡਾਇਰੈਕਟ ਮਤਲਬ ਸਨਲਾਈਟ 'ਤੇ ਅਸਰ 'ਤੇ ਆਉਂਦਾ। ਦਰਸ਼ਨ ਲਾਲ ਸ਼ਰਮਾ, ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰਨ ਕਰ ਪ੍ਰਭੂ ਚਰਨੋਂ ਮੇਂ ਵਿਲੀਨ ਹੋ ਗਏ ਹੈ, ਉਨਕੀ ਆਤਮਿਕ ਸ਼ਾਂਤੀ ਹੇਤੁ ਸ਼ਰਧਾਂਜਲੀ ਸਭਾ ਕਾ ਆਯੋਜਨ ਸ਼੍ਰੀ ਮਹਾਲਕਸ਼ਮੀ ਮੰਦਿਰ ਜੇਲ੍ਹ ਰੋਡ ਜਲੰਧਰ ਮੇਂ ਕੀਆ ਗਿਆ। ਇਸ ਮੌਕੇ ਪਰ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਕੀ ਸਾਧਵੀ ਸੋਮਿਆ ਨੇ ਵੈਰਾਗਮੀ ਸੰਕੀਰਤਨ ਕਰ ਸਵਰਗੀ ਦਰਸ਼ਨ ਲਾਲ ਸ਼ਰਮਾ ਕੋ ਸ਼ਰਧਾ ਸੁਮਨ ਅਰਪਿਤ ਕੀ, ਜਿਸਕੇ ਬਾਅਦ ਪੰਡਿਤ ਵਿਸ਼ਨੂੰ ਸ਼ਾਸਤਰੀ ਨੇ ਸ਼੍ਰੀ ਗੁਰੂ ਪੁਰਾਣ ਜੀ ਕਾ ਭੋਗ ਡਾਲਕਰ ਸਵਰਗੀ ਦਰਸ਼ਨ ਲਾਲ ਸ਼ਰਮਾ ਕੀ ਆਤਮਿਕ ਸ਼ਾਂਤੀ ਹੇਤੁ ਪ੍ਰਾਰਥਨਾ ਕੀ। ਇਸ ਮੌਕੇ ਪਰ ਪੂਰਵ CPS KD ਭੰਡਾਰੀ, ਵਿਧਾਇਕ ਰਮਨ ਅਰੋੜਾ, ਪੂਰਵ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਪੂਰਵ ਨਗਰ ਨਿਗਮ ਮੇਅਰ ਜਗਦੀਸ਼ ਰਾਜਾ, ਆਪ ਨੇਤਾ ਦਿਨੇਸ਼ ਢੱਲ ਏਵਮ ਪਰਿਵਾਰਿਕ ਸਦਸਿਓ ਮੇ ਪਤਨੀ ਸਵਨੰਤਰ ਸ਼ਰਮਾ, ਵਿਕਾਸ ਸ਼ਰਮਾ, ਨਿਧੀ ਸ਼ਰਮਾ, ਤਰਸੇਮ ਲਾਲ ਸ਼ਰਮਾ, ਬੰਟੀ ਸ਼ਰਮਾ, ਬਿੱਟੂ ਸ਼ਰਮਾ, ਬਨੀ ਸ਼ਰਮਾ, ਭੂਲੀ ਸ਼ਰਮਾ, ਰਾਨੀ ਸਹਿਤ ਸ਼ਹਿਰ ਕੇ ਧਾਰਮਿਕ, ਰਾਜਨੀਤਿਕ ਔਰ ਸਮਾਜਿਕ ਵਰਗ ਸੇ ਜੁੜੇ ਲੋਗੋ ਨੇ ਪਹੁੰਚ ਕਰ ਸਵਰਗੀ ਦਰਸ਼ਨ ਲਾਲ ਸ਼ਰਮਾ ਕੋ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀ। ईमानदारी से अपने जीवन का निर्वाह करो, किसी का बुरा मत करो,
कुछ ऐसा मत करो जो तुम्हारे लिए ठीक ना हो, जो तुम्हारे दया प्रेम सद्भावना को समाप्त करे। ऐसे कार्य करते तो यही तो भक्ति है, ऐसा नहीं है। आज समाज में हम देखें शैतान के द्वारा कितने ये ऐसे षड्यंत्र रचाए जा चुके हैं जो हमारे जीवन को हमारे मन को अपनी ओर आकर्षित करते रहते हैं और अपनी ओर आकर्षित करते हैं और हमारे मन को भ्रमित करते हैं भटकाते रहने वाला। ठीक वैसे ही जैसे किसी जहाज में जब यात्रा करते हैं तो उस जहाज के अंदर एक सही दिशा जो है वो एक प्राप्त करने के लिए वहां पर एक ऐसा सिस्टम लगाया जाता है जिसे हम कंपास कहते हैं ताकि वो हमें सही दिशा दिखा पाए, हमें दिशा भ्रम से बचा ले। लेकिन कहते हैं कि एक समय ऐसा भी आता है जब कंपास जो होता है बहुत सारे लोहे के आसपास संपर्क में आता है तो वो भी अपने दिशा से भ्रमित हो जाता है, भटक जाता है। तो ऐसी अवस्था में जहाज चलाने वाले एक अन्य उपकरण को भी पास में रखते हैं, अन्य यंत्र को रखते हैं जिसे कहते हैं ध्वनिका। उसकी विशेषता यह है किसी भी भटकाव में किसी भ्रम में वो नहीं आती, वो केवल और केवल अपनी सही दिशा से पड़ती है। संकेत भैया बंटी शर्मा जी और चौथे भैया बन्नी शर्मा जी भाइयों का आपस में बड़ा इष्ट है, लेकिन ये सत्य है। शास्त्र कहते हैं जो आया है उसे जाना ही है, ये सत्य है। भगवान कृष्ण कहते हैं गीता में ईश्वर और मृत्यु सत्य है, जो आया उसे जाना ही है। इसमें चिंता की सत्य, चिंता तो एक सामाजिक तौर पर है, दुख है, लेकिन दुख नहीं जाता है। उस आत्मा को बड़ी गर्व पुराण कहता है, उस आत्मा को बड़ी विडंबना बड़ी दिक्कत होती है अपनी यात्रा करने में, इसलिए दुख नहीं करना चाहिए। भगवान कृष्ण अपने स्वयं वाणी में कहते हैं आत्मा तो अजर अमर है, अविनाशी है, आत्मा न मरती है न जन्म लेती है। नैनम छिन्दन्ति शास्त्राणि नैनम दहति पावका न चैत्यं लेभ्यं चापो न शोष्यति मार्गः। ये अर्जुन, ये आत्मा अजर अमर है, अविनाशी है। भगवान नारायण गरुड़ जी को कहते हैं, हे गरुड़, मैंने सब प्रकार के ऊर्ध्वदैहिक क्रिया की कथा जो 10 दिन के अंदर की कथा तुम्हें सुनाई है, जो इस कथा को 10 दिन के अंदर सुनते हैं वह सभी पापों से मुक्त हो जाते हैं। जो नास्तिक अपने माता पिता का ऊर्ध्वदैहिक कर्म नहीं करते या गरुड़ पुराण का श्रवण नहीं करते, उनके हाथ तक का पानी पीने योग्य नहीं होता है, वह मदिरा के तुल्य होता है। इसलिए माता पिता के मरण पर गरुड़ पुराण का श्रवण जरूर करें। जो माता पिता के मृत होने पर गरुड़ पुराण सुनता है उनके माता पिता मोक्ष को प्राप्त होते हैं, वह पुत्र भी संतति वाला होता है। अगर जो पुत्र अपने माता पिता के मरने पर अपने माता पिता के मृत होने पर गरुड़ पुराण या पूर्व दैहिक क्रिया न कहे उसकी योनि को चरणार्जुनी ही समझना चाहिए।
इसलिए माता पिता के मृत हो जाने पर गरुड़ पुराण अवश्य सुने, यजमान जी गरुड़ पुराण की पूजा करें, वस्त्र अलंकार इत्यादि मोदन दक्षिणा आदि से वाचक की भी पूजा करें, आदि पुण्य की इच्छा हो तो अन्नदान सुवर्ण दान आदि भूमिदान भी दें, भक्ति से पाठ करने वाले की पूजा करें, क्योंकि जो वाचक की पूजा करता है नारायण भगवान कहते हैं वह स्वयं मेरी ही पूजा करते हैं। और पूरे गरुड़ पुराण के जितने 16 अध्याय हैं उसमें भगवान नारायण ने गरुड़ जी को एक ही इस मनुष्य शरीर को प्राप्त करने के बाद एक साधन बताया है कि भगवान के नाम का स्मरण हमेशा करना चाहिए। फिर अगे बच्चे भी है साढ़े वीर बनी शर्मा जी दर्शन जी की बेटी हमारे घर ब्याई बेटा इंजीनियर जरा कमाल है इतने बेटा बहुत वधिया कई बार रीझे रह बेटी कहती हूँ कि मैं मेरा मकान बेचना उन्होंने पर इतना बिजी रह गया धर्म के अंदर कि धर्म सिर्फ धर्म 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 और रब की याद कर बड़ी रूस। सो एहो जो मौके पर जो कोई संत महात्मा जाता है तो फिर पता लगता है कि समाज के नाल जो इकट्ठ होते हैं ये दसते हैं कि उस जान वाली रूह ने परिवार के संस्कार कहे से। और अब अंत में हलचल की गतिविधियों पर एक नजर फिर से। थाना डिलवा के अधीन आते गांव भंडाल बेट में अज्ञात व्यक्तियों ने तेजधार हथियारों से नौजवान का किया कत्ल, गत दिनों से था लापता। ऑल इंडिया रबर इंडस्ट्रीज एसोसिएशन की ओर से टेक्निकल सेमिनार का किया गया आयोजन, डॉक्टर समर बंदोपाध्याय मुख्य वक्ता के रूप में हुए शामिल। फिरोजपुर के गांव लीके में मामूली बात को लेकर दो पक्षों में हुई झड़प, जमकर चले ईंट पत्थर। इसके साथ ही अब तक की गतिविधियां समाप्त होती हैं और ताजा जानकारी के लिए देखते रहिए हलचल।